ਮਾਤਾ ਹੁਣ ਉਹਨੂੰ ਸ਼ੂਗਰ ਆ ਅਤੇ ਤੁਸੀਂ ਇਹਨਾਂ ਨੂੰ ਕੋਲਡ ਡਰਿੰਕ ਪੀ ਜਾਂਦੇ ਹੋ। ਇਹ ਕੋਕ ਤਾਂ ਪਲਾ ਰਿਹਾ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਦਿਮਾਗ ਹੁਣ ਕਸ ਹੋਇਆ ਵਾ ਤਾਇਆ ਨੂੰ। ਇਹਨਾਂ ਨੂੰ ਖੁਦ ਨੂੰ ਨਹੀਂ ਪਤਾ, ਕਿਸੇ ਦੀ ਸਮਝ ਵਿੱਚ ਵੀ ਨਹੀਂ ਆਉਂਦਾ ਇਹ। ਹੁਣ ਜਦ ਇਹਨਾਂ ਨੇ ਪੀ ਕੇ ਹਟਣਾ ਕੋਕ, ਪੁੱਛਿਓ ਇਹਨਾਂ ਨੂੰ 5 ਮਿੰਟ ਬਾਅਦ ਵੀ ਭਾਈ ਕਿਵੇਂ ਦਿਮਾਗ ਖੁੱਲ ਗਿਆ। ਡਰ ਡਰ ਦਾ ਬਿਜ਼ਨਸ ਹੈ, ਡਰ ਜਦ ਤੁਸੀਂ ਡਰੂਗੇ ਤਾਂ ਤੁਹਾਡਾ ਸ਼ੋਸ਼ਣ ਹੋਣਾ, ਤੁਹਾਡਾ ਬਿਜ਼ਨਸ ਹੋਣਾ ਤੁਹਾਡੇ ਪਰ। ਤੁਹਾਨੂੰ ਕੋਕ ਦੀ ਬੋਤਲ ਪਿਲਾਈ ਨਾ ਇਹ, ਪਿਆ ਫਰਕ ਦਿਮਾਗ ਖੁੱਲ ਗਿਆ ਨਾ। ਡੋਜ਼ ਜ਼ਿਆਦਾ ਬੜਾ ਤਾਂ ਤੁਹਾਡੀ ਮੈਡੀਸਿਨ ਦਾ ਡੋਜ਼ ਜ਼ਿਆਦਾ ਬੜਾ। ਸ਼ੂਗਰ ਦੇ ਵਧਣੇ ਨਾਲ ਨਹੀਂ ਕੁਛ ਨਹੀਂ ਹੋਣ ਲੱਗਿਆ, ਸ਼ੂਗਰ ਦੇ ਘਟਣੇ ਨਾਲ ਬਹੁਤ ਕੁਛ ਹੋ ਜਾਂਦਾ ਹੈ, ਕੰਟਰੋਲ ਤੋਂ ਬਾਹਰ ਹੋ ਜਾਂਦਾ ਕੰਮ, ਅੰਗ ਪੈਰ ਖੜ ਜਾਂਦੇ ਆ, ਬੰਦਾ ਕੋਮਾ 'ਚ ਵੀ ਜਾ ਸਕਦਾ ਹੈ। 300-400 ਸ਼ੂਗਰ ਤੱਕ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਨੂੰ ਸ਼ੂਗਰ ਹੈ ਜੀ, ਹੈ ਨਾ। ਜਿਹੜਾ ਮਤਲਬ ਚੈੱਕ ਕਰਾਉਣ ਚੱਲ ਗਿਆ ਫਸ, ਉਹਦਾ ਪਤਾ ਲੱਗ ਵੀ ਤੈਨੂੰ ਭਾਈ ਇੰਨੀ ਸ਼ੂਗਰ ਹੈ। ਉਹ ਪੀ ਜੀ ਕਹਿੰਦਾ ਖਾਣਾ ਖਾਣ ਤੋਂ ਬਾਅਦ ਤੁਹਾਡੀ ਸ਼ੂਗਰ 190 ਤੋਂ ਘੱਟ ਨਾ ਹੋਵੇ, 180 ਤੋਂ ਘੱਟ ਨਾ ਹੋਵੇ, 190 ਹੋਵੇ, 200 ਵੀ ਚੱਲੂਗੀ। ਸਤਸੰਗ ਵੀ ਵਿਕਦੇ ਆ, ਸਾਰਾ ਕੁਛ ਵਿਕਦਾ, ਫਰੀ ਕੁਛ ਨਹੀਂ ਹੈਗਾ। ਜਦ ਮੈਨੂੰ ਕੁਦਰਤ ਨੇ ਫਰੀ ਦਿੱਤਾ ਨਾ ਸਾਰਾ ਕੁਛ, ਤਾਂ ਮੈਂ ਫਰੀ ਇਹ ਦਊਂਗਾ। ਭਾਜੀ ਸ਼ੂਗਰ ਨਹੀਂ ਹੈਗੀ, ਉਹ ਜਿਹੜੀਆਂ ਮਸ਼ੀਨਾਂ ਅਸੀਂ ਚੈੱਕ ਕਰਨ ਵਾਲੀਆਂ ਰੱਖੀ ਮੈਂ ਨਾ ਆਪਣੇ ਘਰਾਂ ਦੇ ਵਿੱਚ, ਉਹ ਸਪੋਰਟਸਮੈਨਾਂ ਵਾਸਤੇ ਬਣਾਈਆਂ ਜਾਂਦੀਆਂ ਕੰਪਨੀਆਂ ਨੇ ਵੀ ਸਪੋਰਟਸਮੈਨ ਦੀ ਕੈਲਰੀ ਚੈੱਕ ਕਰਨੀ, ਵੀ ਇਹਦੇ 60 ਕਿਲੋ ਵੇਟ ਹੈ, ਇਹਦੀ ਇੰਨੀ ਕੈਲਰੀ ਹੋਣੀ ਚਾਹੀਦੀ, ਇਹਨਾਂ ਇੰਨਾ ਕੰਮ ਕਰਨਾ, ਇਹਨਾਂ ਇੰਨਾ ਦੌੜਨਾ ਹੈ, ਇੰਨੀ ਨੱਠ ਭੱਜ ਕਰਨੀ ਹੈ ਇਸ ਪਲੇਅਰ ਨੇ। ਉਹ ਪਲੇਅਰਾਂ ਵਾਸਤੇ ਸੀਗੀਆਂ, ਉਹ ਉਹਨਾਂ ਨੇ ਹੁਣ ਘਰ ਘਰ ਪਜਾ ਤੀਆਂ, ਸਮਝੋ ਇਸ ਚੀਜ਼ ਨੂੰ। ਭਗਵਾਨ 'ਤੇ ਬਾਹਰ ਕੁਛ ਵੀ ਨਹੀਂ ਹੈਗਾ, 5 ਤੱਤ ਬੈਲੈਂਸ 'ਚ ਲਿਆਓ, ਔਰ ਜੇ ਤੁਹਾਨੂੰ ਨਹੀਂ ਪਤਾ ਬੈਲੈਂਸ 'ਚ ਲਿਆਉਣ ਵਾਸਤੇ ਤਾਂ ਮੇਰੇ ਕੋਲ ਆਓ, ਕੋਈ ਫੀਸ ਨਹੀਂ ਹੈਗੀ। ਫਰੀ ਦੀ ਚੀਜ਼ ਦੀ ਕੋਈ ਵੈਲਿਊ ਨਹੀਂ ਹੁੰਦੀ। ਮੈਨੂੰ ਸਭ ਲੋਕ ਕਹਿੰਦੇ ਆ ਕਿ ਕੁੰਦਨ ਸਿੰਘ ਧਮਾਨ ਤੁਸੀਂ ਆਪਣੀ ਕੋਈ ਫੀਸ ਰੱਖੋ, ਫਲਾਣਾ ਕਰੋ, ਐਂ ਕਰੋ, ਨਹੀਂ ਮੈਨੂੰ ਲੋੜ ਹੈਗੀ। ਫਰੀ 'ਚ ਦਵਾਈਆਂ ਦੇ ਕੇ ਜਾਂ ਫੀਸਾਂ ਮਾਫ ਕਰਕੇ ਫਿਰ ਤਾਂ ਡਾਕਟਰਾਂ ਦੇ ਧੰਦੇ ਹੀ ਬੰਦ ਹੋ ਜਾਣਗੇ। ਦੇਖੋ ਉਹ ਉਹਨਾਂ ਦਾ ਧੰਦਾ ਹੈ ਨਾ, ਪਰ ਜਿੰਨੇ ਵੀ ਮਰੀਜ਼ ਨੂੰ ਡਰਾਉਣ ਵਾਲੇ ਉਹ ਵੀ ਡਾਕਟਰ ਵੈਦੀ ਨੇ। ਸਾਡੀ ਦਵਾਈ ਸਭ ਤੋਂ ਮਹਿੰਗੀ ਆ, ਲੋਕ ਇੱਕ ਨਾਲ ਇੱਕ ਫਰੀ ਦੇ ਰਹੇ ਆ, 500 ਦੀਆਂ 2-300 ਦੀਆਂ 2-400 ਦੀਆਂ ਸੇਲ ਲਾਤੀ ਵੀ ਲੋਕਾਂ ਨੇ ਸਾਡੀ, 1500 ਦੀ ਇੱਕ ਸ਼ੀਸ਼ੀ ਆ। 7-8 ਸਾਡੇ ਫੋਨ ਨੰਬਰ ਹੈ, 10 ਬਿਲਕੁਲ ਵੱਜਦੇ ਰਹਿੰਦੇ ਆ, ਮੈਂ ਤੁਹਾਨੂੰ ਮੈਂ ਕੱਢ ਕੇ ਵੀ ਦਿਖਾ ਸਕਦਾ, ਆਪਣੇ ਕੋਲ ਟਾਈਮ ਨਹੀਂ ਹੈਗਾ ਚੱਕਣੇ ਦਾ। ਸਾਨੂੰ ਸਭ ਲੋਕ ਗਾਲਾਂ ਕੱਢਦੇ ਵੀ ਇਹ ਫੋਨ ਨਹੀਂ ਚੱਕਦਾ, ਆ ਦੇਖੋ ਫੋਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਭਾਅ ਜੀ ਕਾਲ, ਆ ਸਾਰੀਆਂ ਰੈੱਡ ਕਾਲਾਂ ਦੇਖ ਲਓ, ਆ ਸਭ ਬਾਹਰ ਦੇ ਨੰਬਰ ਹੈ, ਆ ਦਿਖਦੇ ਤੁਹਾਨੂੰ, ਹਾਂ ਆਪਣੇ ਕੋਲ ਟਾਈਮ ਨਹੀਂ ਹੈਗਾ, ਲੋਕ ਬਹੁਤ ਪਰੇਸ਼ਾਨ ਆ। ਦੇਖੋ ਘਰਾਂ 'ਚ ਜਿਹੜੇ ਬਰਤਨ ਨੇ ਉਹ ਵੀ ਅਸਰ ਕਰਦੇ ਨੇ ਸਿਹਤ 'ਤੇ, ਕਰਦੇ ਆ। ਪਹਿਲਾਂ ਪਿੱਤਲ ਦੇ ਭਾਂਡਿਆਂ 'ਚ ਹੁੰਦੇ ਤੇ ਸਾਰੇ ਗਰਮ ਤਸੀਰ ਹੁੰਦੀ ਪਿੱਤਲ ਦੇ ਭਾਂਡੇ ਦੀ, ਪਿੱਤਲ ਜਦ ਚੂਨੇ ਦੀ ਕਲੀ ਹੁੰਦੀ ਹੈ ਪਿੱਤਲ 'ਚ, ਚੂਨਾ ਜਦ ਵੀ ਲਿਕੁਇਡ ਦੇ ਸੰਪਰਕ 'ਚ ਆਉਂਦਾ ਤਾਂ ਆਕਸੀਜਨ ਪੈਦਾ ਕਰਦਾ ਹੈ, ਆਕਸੀਜਨ ਬਲੱਡ ਨੂੰ ਆਕਸੀਸਾਈਡ ਰੱਖਦੇ ਤੇ, ਚੂਨ ਪਾਣਾ ਕਿਸੇ ਨੂੰ ਹੁੰਦਾ ਨਹੀਂ, ਤਾਂ ਟੀ ਬੀ ਨੀਤੀ ਹੁੰਦੀ ਕਿਸੇ ਨੂੰ, ਹੈ ਸ਼ੂਗਰ ਨੀਤੀ ਹੁੰਦੀ ਕਿਸੇ ਨੂੰ, ਹੈ ਕਿਸੇ ਨੂੰ ਮਤਲਬ ਅਧਰੰਗ ਨਹੀਂ ਤਾਂ ਹੁੰਦਾ, ਕਿਉਂਕਿ ਬਲੱਡ ਆਕਸੀਸਾਈਡ ਰਹਿੰਦਾ ਤਾਂ ਜੀ, 90+ ਚਾਹੀਦਾ ਸਾਡੇ ਸਰੀਰ ਦਾ ਬਲੱਡ ਦਾ ਜਿਹੜਾ ਆਕਸੀਜਨ ਲੈਵਲ ਹੈ। ਆਹ ਦੇਖੋ ਆਹ ਚਾਂਦੀ ਆ, ਚਾਂਦੀ ਖੱਬੇ ਹੱਥ 'ਚ ਪਾਣੀ ਆ ਹਮੇਸ਼ਾ ਹੀ, ਤਾਂ ਇਹਨੇ ਤੁਹਾਡਾ ਲੀਵਰ ਸਹੀ ਰੱਖਣਾ, ਜਿਗਰ ਦੀ ਗਰਮੀ ਨਹੀਂ ਹੋਣ ਦੇਣੀ, ਸਾਰੇ ਲੋਕਾਂ ਨੂੰ ਜਿਗਰ 'ਚ ਗਰਮੀ ਆ, ਫੈਟੀ ਲੀਵਰ ਹੈ, ਔਰ ਫੈਟੀ ਲੀਵਰ ਦੀ ਦਵਾਈ ਮੈਂ ਫਰੀ ਦਿੰਦਾ ਇੱਥੇ, ਐਂਗਜ਼ਾਈਟੀ, ਬੈਕ ਪੇਨ, ਗੈਸ, ਐਸਿਡ ਬਣਦਾ, ਅੱਜ ਸੋਨਾ ਗਲਤ ਹੱਥ 'ਚ ਪਾਇਆ ਵਾ ਨਾ, ਗਲਤ ਉਂਗਲੀ 'ਚ ਪਾਇਆ ਵਾ, ਇਸੇ ਸੋਨੇ ਨੂੰ ਤੁਸੀਂ ਇੱਧਰ ਪਾ ਲਓ, 4 ਘੰਟੇ 'ਚ ਰਿਜ਼ਲਟ ਦੇ ਦੇਣਾ ਨਾ। ਆਹ ਚਾਂਦੀ ਦੇਖੋ ਕਿੱਧਰ ਪਾਈ ਵੀ ਸੱਚੇ ਹੱਥ 'ਚ, ਚਾਂਦੀ ਨੂੰ ਖੱਬੇ ਹੱਥ 'ਚ ਪਾਓ, ਇਹ ਸੱਚੇ ਹੱਥ 'ਚ ਸਿਰਫ ਗਰਮ ਧਾਤ ਪੈਣੀ, ਸੋਨਾ ਜਾਂ ਤਾਂਬਾ, ਇਹ ਡਾਕਟਰ ਵੀ ਹੈ ਫੋਨ, ਬਿਲਕੁਲ ਸਹੀ ਗੱਲ, ਐਵੇਂ ਨਾ ਆਪਣਾ ਸ਼ੋਸ਼ਣ ਕਰਾਈ ਜਾਓ ਉੱਥੇ ਲਾਈਨਾਂ 'ਚ ਲੱਗ ਲੱਗ ਕੇ, ਹਸਪਤਾਲਾਂ ਮੈਂ ਪੈਰ ਰੱਖਣੇ ਨੂੰ ਜਗ੍ਹਾ ਨਹੀਂ ਹੈਗੀ, ਜਿਹੜੇ ਡਾਕਟਰ ਤਾਂ ਆਪ ਜਿਹੜੇ ਆਪਣੇ ਬਟਨ ਨੂੰ ਟੁੱਟਣੇ ਨੂੰ ਫਿਰਦੇ ਆ, ਆਪਣੀਆਂ ਅੱਖਾਂ 'ਤੇ ਐਨਕ ਲੱਗੀ ਹੋਈ ਆ, ਹੈ ਨਾ, ਬਿਲਕੁਲ, ਉਹ ਦੂਸਰੇ ਨੂੰ ਕਿੱਦਾਂ ਸਹੀ ਕਰ ਸਕਦਾ ਹੈ।
ਡਾਕਟਰ ਸਾਹਿਬ ਮੈਂ ਤਾਂ ਹੁਣ ਉਹਨੂੰ ਸ਼ੂਗਰ ਆ ਅਤੇ ਤੁਸੀਂ ਇਹਨਾਂ ਨੂੰ ਕੋਲਡ ਡਰਿੰਕ ਪਈ ਜਾਂਦੇ ਆ। ਭਾਅ ਜੀ ਸ਼ੂਗਰ ਦੇ ਘਟਣੇ ਨਾਲ ਪ੍ਰੋਬਲਮ ਆਉਂਦੀ ਆ। ਹਾਂ ਹੁਣ ਇਸ ਟਾਈਮ ਇਹਦੀ ਜਿਹੜੀ ਗੋਲੀ ਖਾ ਰਹੇ ਆ ਡੋਜ਼ ਜ਼ਿਆਦਾ ਲਿੱਤਾ ਵਾ, ਹਾਂ ਡੋਜ਼ ਦਾ ਹੀ ਨਹੀਂ ਪਤਾ ਲੱਗਦਾ ਹੈਗਾ। ਸ਼ੂਗਰ ਵਾਲੇ ਨੂੰ ਇਹਦਾ ਰੰਗ ਹੋ ਜਾਂਦਾ, ਹਾਰਟ ਪ੍ਰੋਬਲਮ ਵੀ ਹੋ ਜਾਂਦੀ ਆ, ਹਾਰਟ ਅਟੈਕ ਵੀ ਹੋ ਜਾਂਦਾ, ਗੁਰਦੇ ਵੀ ਖਰਾਬ ਹੋ ਜਾਂਦੇ ਆ, ਕਿਉਂਕਿ ਬ੍ਰੇਨ ਨੇ ਚਲਾਉਣਾ ਹੁੰਦਾ ਨਾ ਸਾਰਾ ਸਿਸਟਮ। ਬ੍ਰੇਨ ਸਾਡੇ ਔਰਗੈਨਸ ਨੂੰ ਕੰਟਰੋਲ ਕਰਦਾ ਹੈ। ਹੁਣ ਗਲੂਕੋਸ ਜ਼ਰੂਰੀ ਵੀ ਹੈ ਸਰੀਰ ਨੂੰ, ਗਲੂਕੋਸ ਹੀ ਸਰੀਰ 'ਚ ਆਕਸੀਜਨ ਪੈਦਾ ਕਰਦਾ ਹੈ। ਨਾਲੇ ਮਿੱਠੀਆਂ ਚੀਜ਼ਾਂ ਸਾਰੀਆਂ ਹੀ ਬੰਦ ਕਰ ਦਿੰਦੇ ਨੇ, ਡਾਕਟਰ ਤਾਂ ਕਹਿੰਦੇ ਵੀ ਤੁਸੀਂ ਫਿੱਕੀਆਂ ਚੀਜ਼ਾਂ 'ਤੇ ਆ ਜਾਓ ਫਿਰ ਸ਼ੂਗਰ ਕੰਟਰੋਲ ਰਹੂਗਾ। ਹੋਣੀ ਉਹ ਨਹੀਂ ਠੀਕ ਆ, ਮਿੱਠਾ ਛੱਡਣੇ ਨਾਲ ਤਾਂ ਜਮਾਂ ਵੀ ਨਹੀਂ ਹੋਣੀ ਹੈਗੀ। ਇੱਕੋ ਸ਼ੂਗਰ ਫਰੀ ਵਾਲੀ ਗੋਲੀ ਜੀ ਆਉਂਦੀ ਆ, ਉਹਦੇ ਨਾਲ ਤਾਂ ਸਮਾਂ ਹੋਰ ਜ਼ਿਆਦਾ ਹੋਣੀ। ਅਤੇ ਕੋਕ 'ਚ ਸਭ ਤੋਂ ਵੱਧ ਸ਼ੂਗਰ ਹੁੰਦਾ। ਹਾਂ ਇਹ ਕੋਕ ਤਾਂ ਪਲਾ ਰਿਹਾ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਦਿਮਾਗ ਹੁਣ ਕਸ ਹੋਇਆ ਵਾ ਤਾਂ ਇਹਨੂੰ, ਇਹਨਾਂ ਨੂੰ ਖੁਦ ਨੂੰ ਨਹੀਂ ਪਤਾ, ਕਿਸੇ ਦੀ ਸਮਝ ਵਿੱਚ ਵੀ ਨਹੀਂ ਆਉਂਦਾ ਇਹ। ਹੁਣ ਜਦ ਇਹਨਾਂ ਨੇ ਪੀ ਕੇ ਹਟਣਾ ਕੋਕ, ਪੁੱਛਿਓ ਇਹਨਾਂ ਨੂੰ 5 ਮਿੰਟ ਬਾਅਦ ਵੀ ਭਾਈ ਕਿਵੇਂ ਦਿਮਾਗ ਖੁੱਲ੍ਹ ਗਿਆ, ਜਿਹੜਾ ਜਕੜਨ ਹੋਈ ਵੀ 10 ਮਿੰਟ 'ਚ ਫਰਕ ਪਿਆ, ਕਿਉਂਕਿ ਡੋਜ਼ ਜ਼ਿਆਦਾ ਬੜਾ ਸ਼ੂਗਰ ਦਾ। ਡੋਜ਼ ਵੀ ਦੇਖ ਕੇ ਲਿਆ ਕਰੋ, ਜਦ ਤੁਹਾਨੂੰ ਲੱਗਿਆ ਵੀ ਹੁਣ ਦਿਮਾਗ 'ਤੇ ਅਸਰ ਹੋਣ ਲੱਗਿਆ ਤਾਂ ਉਹਨੂੰ ਘਟਾ ਦਿਓ। ਫਿਰ ਸ਼ੂਗਰ ਦੇ ਵਧਣੇ ਨਾਲ ਨਹੀਂ ਕੁਛ ਨਹੀਂ ਹੋਣ ਲੱਗਿਆ, ਸ਼ੂਗਰ ਦੇ ਘਟਣੇ ਨਾਲ ਬਹੁਤ ਕੁਛ ਹੋ ਜਾਂਦਾ ਹੈ। ਫਿਰ ਕੰਟਰੋਲ 'ਤੇ ਬਾਹਰ ਹੋ ਜਾਂਦਾ ਕੰਮ, ਅੰਗ ਪੈਰ ਖੜ ਜਾਂਦੇ ਆ, ਬੰਦਾ ਕੋਮਾ 'ਚ ਵੀ ਜਾ ਸਕਦਾ ਹੈ। ਠੀਕ ਹੈ ਨਾ, 300-400 ਸ਼ੂਗਰ ਤੱਕ ਤਾਂ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਸ਼ੂਗਰ ਹੈ ਜੀ, ਹੈ ਨਾ। ਜਿਹੜਾ ਮਤਲਬ ਚੈੱਕ ਕਰਾਉਣ ਚੱਲ ਗਿਆ ਫਸ, ਉਹਦਾ ਪਤਾ ਲੱਗਦਾ ਵੀ ਤੈਨੂੰ ਭਾਈ ਇੰਨੀ ਸ਼ੂਗਰ ਹੈ। ਇਹ ਨੋਰਮਲ ਹੈ, ਹਰ ਬੰਦੇ ਦੇ ਸਰੀਰ ਦੀ ਕੰਟੀਨਿਊਟੀ ਅਲੱਗ ਅਲੱਗ ਹੈ। ਕਿਸੇ ਦਾ 6 ਫੁੱਟ ਦਾ ਸਰੀਰ ਹੈ, ਕੁਆਂਟਲ ਵੇਟ ਹੈ, ਤਾਂ ਉਹਦੀ ਕੰਜਪਸ਼ਨ ਅਲੱਗ ਹੈ, ਖਾਣਾ ਪੀਣਾ ਹੈਬਿਟਸ ਸਾਰਾ ਕੁਛ ਅਲੱਗ ਹੈ, ਹੈ ਨਾ। ਅਤੇ ਉਹਦੀ ਬੀ ਪੀ, ਉਹਦੀ ਸ਼ੂਗਰ ਨੋਰਮਲ ਨਹੀਂ ਹੋਣੀ, ਨੋਰਮਲ ਨਾਲ ਤਾਂ ਵੱਧ ਹੋਣੀ। ਹੁਣ ਨੋਰਮਲ ਸ਼ੂਗਰ ਬੀ ਪੀ ਕਿਆ ਹੈ, 100+ ਏਜ ਤੁਹਾਡੀ ਸ਼ੂਗਰ ਹੋਣੀ ਚਾਹੀਦੀ ਆ, ਆਪਣੀ ਉਮਰ ਨੂੰ 100 ਦੇ ਨਾਲ ਪਲੱਸ ਕਰ ਲਓ, ਇੰਨੀ ਕੁ ਸ਼ੂਗਰ ਤੁਹਾਡੀ ਖਾਲੀ ਪੇਟ ਹੋਣੀ ਚਾਹੀਦੀ ਆ। ਔਰ ਪੀ ਜੀ ਆਈ ਦੀਆਂ ਲੇਟੈਸਟ ਰਿਪੋਰਟਾਂ ਟੈਸਟ ਹੈ ਪੀ ਜੀ ਆਈ ਦੇ, ਉਹ ਪੀ ਜੀ ਆਈ ਕਹਿੰਦਾ ਖਾਣਾ ਖਾਣ ਤੋਂ ਬਾਅਦ ਤੁਹਾਡੀ ਸ਼ੂਗਰ 190 ਤੋਂ ਘੱਟ ਨਾ ਹੋਵੇ, 180 ਤੋਂ ਘੱਟ ਨਾ ਹੋਵੇ, 190 ਹੋਵੇ, 200 ਵੀ ਚੱਲੂਗੀ। ਸ਼ੂਗਰ ਕਿਆ ਹੈ, ਸ਼ੂਗਰ ਕੈਲਰੀ ਆ, ਉਹ ਕਹਿੰਦੀ ਕੰਮ ਕਰ। ਅਸੀਂ ਸੀਟਿੰਗ ਜੋਬ ਕਰਦੇ ਹਾਂ, ਬੈਠਦੇ ਹਾਂ, ਬੈਠੇ ਆ, ਹੈਂ ਸਾਡਾ ਮਤਲਬ ਘਰ ਦੇ ਅੰਦਰ ਇਹ ਦਾਇਰਾ ਹੈ, ਜਾਂ ਗੱਡੀ ਏ ਸੀ, ਘਰ ਏ ਸੀ, ਏ ਸੀ ਦਫ਼ਤਰ, ਏ ਸੀ 'ਚ ਜਾਣਾ ਆਉਣਾ, ਕੈਲਰੀ ਤਾਂ ਬਰਨ ਨਹੀਂ ਹੋਈ। ਹੁਣ ਮੰਨ ਲਓ ਕਿਸੇ ਦੀ 300 ਸ਼ੂਗਰ ਆਈ ਆ, ਠੀਕ ਹੈ, 300 ਸ਼ੂਗਰ, ਸਿਰਫ ਉਹਨੂੰ ਮਿੱਠੇ ਵਾਲੀ ਚਾਹ ਵੀ ਪਿਲਾ ਦਿਉ, ਗਰਮ ਗਰਮ, ਪੱਖਾ ਬੰਦ ਕਰਾ ਕੇ, ਏ ਸੀ ਬੰਦ ਕਰਾ ਕੇ, ਹਰ ਉਹਨੂੰ ਕਹਿ ਦਿਉ ਵੀ ਤੂੰ 1/2 ਕਿਲੋਮੀਟਰ ਦੌੜ ਕੇ ਜਾ, ਦੌੜ ਕੇ ਆ ਜਾ, ਜਾਂ ਪੈਦਲ ਜਾ, ਪੈਦਲ ਆ ਜਾ, ਤੁਸੀਂ ਉਹਦੇ ਬਾਅਦ ਉਹਦੀ ਸ਼ੂਗਰ ਚੈੱਕ ਕਰ ਲਿਓ। ਪਰ ਸ਼ੂਗਰ ਨਹੀਂ ਹੈਗੀ ਉਹ ਜਿਹੜੀਆਂ ਮਸ਼ੀਨਾਂ ਅਸੀਂ ਚੈੱਕ ਕਰਨ ਵਾਲੀਆਂ ਰੱਖੀਆਂ ਮੈਂ ਆਪਣੇ ਘਰਾਂ ਦੇ ਵਿੱਚ, ਉਹ ਸਪੋਰਟਸਮੈਨਾਂ ਵਾਸਤੇ ਬਣਾਈਆਂ ਹੁੰਦੀਆਂ ਕੰਪਨੀਆਂ ਨੇ ਵੀ ਸਪੋਰਟਸਮੈਨ ਦੀ ਕੈਲਰੀ ਚੈੱਕ ਕਰਨੀ, ਵੀ ਇਹਦੇ 60 ਕਿਲੋ ਵੇਟ ਹੈ, ਇਹਦੀ ਇੰਨੀ ਕੈਲਰੀ ਹੋਣੀ ਚਾਹੀਦੀ, ਇਹਨਾਂ ਇੰਨਾ ਕੰਮ ਕਰਨਾ, ਇਹਨਾਂ ਇੰਨਾ ਦੌੜਨਾ ਹੈ, ਇੰਨੀ ਨੱਠ ਭੱਜ ਕਰਨੀ ਹੈ ਇਸ ਪਲੇਅਰ ਨੇ। ਉਹ ਪਲੇਅਰਾਂ ਵਾਸਤੇ ਸੀਗੀਆਂ, ਉਹ ਉਹਨਾਂ ਨੇ ਹੁਣ ਘਰ ਘਰ ਪਜਾਤੀਆਂ, ਸਮਝੋ ਇਸ ਚੀਜ਼ ਨੂੰ। ਬੀ ਪੀ ਸ਼ੂਗਰ ਦੀਆਂ ਮਸ਼ੀਨਾਂ ਆਮ ਨੋਰਮਲ ਲੋਕਾਂ ਦੇ ਘਰ ਦੇ ਵਿੱਚ ਹੈ, ਥਰਮਾਮੀਟਰ ਤਾਂ ਚੱਲ ਠੀਕ ਹੈ, ਅਲੱਗ ਗੱਲ ਰੱਖਣਾ ਚਾਹੀਦਾ ਜੀ, ਪਰ ਇਹ ਡਰ, ਡਰ ਦਾ ਬਿਜ਼ਨਸ ਹੈ, ਡਰ, ਜਾਂ ਤੁਸੀਂ ਡਰੋਂਗੇ ਤਾਂ ਤੁਹਾਡਾ ਸ਼ੋਸ਼ਣ ਹੋਣਾ, ਤੁਹਾਡਾ ਬਿਜ਼ਨਸ ਹੋਣਾ ਤੁਹਾਡੇ ਪਰ। ਹਾਂ ਸ਼ੂਗਰ ਮਾਰੂ ਨਹੀਂ ਹੈਗੀ, ਸ਼ੂਗਰ ਦਾ ਘਟਣਾ ਮਾਰੂ ਆ। ਦੱਸੋ ਹੁਣ ਦਿਮਾਗ ਨੂੰ ਫਰਕ ਪਿਆ ਕਿ ਨਹੀਂ, ਉੱਧਰ ਦੱਸੋ ਗੱਲ ਕਰਕੇ ਪਿਆ ਫਰਕ, ਤੁਹਾਨੂੰ ਕੋਕ ਦੀ ਬੋਤਲ ਪਿਲਾਈ ਨਾ ਹੈ, ਪਿਆ ਫਰਕ, ਦਿਮਾਗ ਖੁੱਲ੍ਹ ਗਿਆ ਨਾ। ਡੋਜ਼ ਜ਼ਿਆਦਾ ਬੜਾ ਤਾਂ ਤੁਹਾਡੀ ਮੈਡੀਸਿਨ ਦਾ, ਡੋਜ਼ ਜ਼ਿਆਦਾ ਬੜਾ ਤਾਂ। ਹਾਂ ਮੇਰੇ ਕੋਲ ਆਓ, ਮੇਰੀ ਕੋਈ ਅਪੋਇੰਟਮੈਂਟ ਫੀਸ ਨਹੀਂ ਹੈਗੀ ਜੀ, ਨਾ ਮੈਂ ਕਿਸੇ ਨੂੰ ਟੈਸਟ ਕਰਾਉਣ ਨੂੰ ਕਹਿੰਦਾ ਕਦੇ, ਨਾ ਮੈਂ ਕਿਸੇ ਦੇ ਦੇਖਦਾ ਹੈ। ਔਰ ਮੈਂ ਸਿਰਫ ਇੱਕ ਗੱਲ ਕਹਿੰਦਾ, ਧੁੰਨੀ ਵਿੱਚ ਦਵਾਈ ਪਾਓ, ਸਰੀਰ ਨੂੰ ਤੰਦਰੁਸਤ ਬਣਾਓ ਜੀ, ਧੁੰਨੀ ਵਿੱਚ ਦਵਾਈ ਪਾਓ, 5 ਤੱਤਾਂ ਨੂੰ ਬੈਲੈਂਸ 'ਚ ਲਿਆਓ, ਆਹ 5 ਤੱਤ ਹੈ ਜਨਾਬ, ਆਹ ਦੇਖ ਲਓ,
ਆ ਦਿਖਾ ਦਿਓ ਪਬਲਿਕ ਨੂੰ, ਭਗਵਾਨ ਭੱਬਾ ਭਗਵਾਨ ਭਗ ਭੱਬੇ ਤੇ ਭੂਮੀ ਧਰਤੀ ਗੱਗਾ ਗਗਨ ਆਕਾਸ਼ ਵਾਵਾ ਵਾਯੂ ਹਵਾ ਆ ਕੀ ਮਾਤਰਾ ਅਗਨੀ ਬਿਲਕੁਲ ਨਾ ਨੀਰ ਜਲ ਭਗਵਾਨ ਕਹਿੰਦੇ ਨਾ ਬੰਦਾ ਪੰਜ ਤੱਤਾਂ 'ਚ ਵਲੀਨ ਹੋ ਗਿਆ, ਕਿਸੇ ਦੇ ਸੰਸਕਾਰ 'ਤੇ ਜਾਓ ਭੋਗ 'ਤੇ ਜਾਓ, ਹੈ ਨਾ, ਬਿਲਕੁਲ ਸਹੀ ਹੈ। ਭਗਵਾਨ ਤੋਂ ਬਾਹਰ ਕੁਛ ਵੀ ਨਹੀਂ ਹੈਗਾ, ਪੰਜ ਤੱਤ ਬੈਲੈਂਸ 'ਚ ਲਿਆਓ। ਔਰ ਜੇ ਤੁਹਾਨੂੰ ਨਹੀਂ ਪਤਾ ਬੈਲੈਂਸ 'ਚ ਲਿਆਉਣ ਵਾਸਤੇ ਤਾਂ ਮੇਰੇ ਕੋਲ ਆਓ, ਕੋਈ ਫੀਸ ਨਹੀਂ ਹੈਗੀ। ਔਰ ਇੱਕ ਚੀਜ਼ ਹੋਰ ਆ, ਫਰੀ ਦੀ ਚੀਜ਼ ਦੀ ਕੋਈ ਵੈਲਿਊ ਨਹੀਂ ਹੁੰਦੀ। ਮੈਨੂੰ ਸਭ ਲੋਕ ਕਹਿੰਦੇ ਆ ਕਿ ਕੁੰਦਨ ਸਿੰਘ ਧਮਾਨ ਤੁਸੀਂ ਆਪਣੀ ਕੋਈ ਫੀਸ ਰੱਖੋ, ਫਲਾਣਾ ਕਰੋ, ਐਂ ਕਰੋ, ਨਹੀਂ ਮੈਨੂੰ ਲੋੜ ਹੈਗੀ। ਤੁਸੀਂ ਚਾਹੇ 100 ਦੀ ਤਦਾਰ ਚਾਹੋ, ਚਾਹੇ 1000 ਦੀ ਤਦਾਰ ਚਾਹੋ, ਜਿੱਦਾਂ ਮਰਜ਼ੀ ਆਓ, ਕੋਈ ਫੀਸ ਨਹੀਂ ਹੈਗੀ। ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਖਾਣਾ ਪੀਣਾ ਕਿੱਦਾਂ ਹੈ, ਠੰਡੀਆਂ ਚੀਜ਼ਾਂ ਕਦ ਖਾਣੀਆਂ, ਗਰਮ ਚੀਜ਼ਾਂ ਕਦ ਖਾਣੀਆਂ। ਪਰ ਡਾਕਟਰ ਸਾਹਿਬ, ਐਂ ਫਰੀ 'ਚ ਦਵਾਈਆਂ ਦੇ ਕੇ ਜਾਂ ਫੀਸਾਂ ਮਾਫ਼ ਕਰਕੇ ਫਿਰ ਤਾਂ ਡਾਕਟਰਾਂ ਦੇ ਧੰਦੇ ਹੀ ਬੰਦ ਹੋ ਜਾਣਗੇ। ਦੇਖੋ ਉਹ ਉਹਨਾਂ ਦਾ ਧੰਦਾ ਹੈ, ਹੈ ਨਾ, ਪਰ ਜਿੰਨੇ ਵੀ ਮਰੀਜ਼ ਨੂੰ ਡਰਾਉਣ ਵਾਲੇ ਉਹ ਵੀ ਡਾਕਟਰ ਵੈਦੀ ਨੇ। ਪਰ ਆਪਾਂ ਕੋਈ ਕਹਿ ਦੇਵੇ ਮੈਨੂੰ ਵੀ ਮੇਰਾ ਨਾਮ ਯੂਟਿਊਬ 'ਤੇ ਪਾ ਦਿਆ ਕੁੰਦਨ ਸਿੰਘ ਧਮਾਨ ਜੀ, ਘਨੌਲੀ ਬੈਰੀਅਰ 'ਤੇ ਧੁੰਨੀ ਵਾਲੀ ਦਵਾਈ ਨਾਭੀ ਅੰਮ੍ਰਿਤ ਸ਼ੁਰੂ ਹੋਇਆ ਤਾਂ 2019 'ਚ ਜੀ, ਦਸੰਬਰ 2019 'ਚ। ਅੱਜ 20-25 ਕੰਪਨੀਆਂ ਸਾਨੂੰ ਕਾਪੀ ਕਰ ਰਹੀਆਂ, ਉਹ ਵੀ ਰਿਜ਼ਲਟ ਦੇ ਰਹੇ ਲੋਕਾਂ ਨੂੰ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ, ਜਿੱਦਣ 100 ਕੰਪਨੀਆਂ ਹੋ ਗਈਆਂ ਉੱਦਣ ਮੈਂ ਸੋਚੂੰਗਾ ਵੀ ਮੈਂ ਜ਼ਿੰਦਗੀ 'ਚ ਕੁਛ ਖੱਟ ਲਿਆ ਧੁੰਨੀ ਵਾਲੀ ਦਵਾਈਆਂ ਵਾਲੀਆਂ ਜੀ। ਸਾਡੀ ਦਵਾਈ ਸਭ ਤੋਂ ਮਹਿੰਗੀ ਆ, ਲੋਕ ਇੱਕ ਨਾਲ ਇੱਕ ਫਰੀ ਦੇ ਰਹੇ ਆ, 500 ਦੀਆਂ 2-300 ਦੀਆਂ 2-400 ਦੀਆਂ ਸੇਲ ਲਾਤੀ ਵੀ ਲੋਕਾਂ ਨੇ ਸਾਡੀ, 1500 ਦੀ ਇੱਕ ਸ਼ੀਸ਼ੀ ਆ। ਅਤੇ ਸੈੱਟ ਜਿਹੜਾ ਅਸੀਂ ਆ ਦਿੰਦੇ ਆ ਸਫਾਈ ਖਾਤਰ, 2000 ਦਾ ਸੈੱਟ ਹੁੰਦਾ, 1.5 ਮਹੀਨੇ ਦੀ ਇੱਕ ਬੰਦੇ ਦੀ ਦਵਾਈ ਆ। ਔਰ ਦੂਸਰੀ ਗੱਲ ਇਹ ਹੈ, ਜਦ ਤੱਕ ਤੁਹਾਨੂੰ ਕਾਰਨ ਅਤੇ ਕਾਰਨ ਨਹੀਂ ਪਤਾ ਲੱਗਿਆ ਆਪਣੇ ਰੋਗ ਦਾ, ਜਦ ਤੱਕ ਤੁਹਾਡਾ ਨਿਵਾਰਨ ਨਹੀਂ ਹੋਣਾ, ਕਾਰਨ ਨਿਵਾਰਨ ਜੀ, ਅਸੀਂ ਕਾਰਨ 'ਤੇ ਕੰਮ ਕਰਦੇ ਆ। ਇੱਥੇ ਪਤਾ ਲੱਗਦਾ ਕਿ ਬੰਦੇ ਦੇ ਕਿਹੜੇ ਤੱਤ ਵਧੇ ਹੋਏ ਆ, ਕਿਹੜੇ ਤੱਤ ਘਟੇ ਹੋਏ ਆ, ਕਿਸੇ ਤੱਤ ਦੇ ਵਧਣ, ਕਿਹੜੇ ਤੱਤ ਦੇ ਵਧਣ ਨਾਲ ਕਿਹੜੀ ਪ੍ਰੋਬਲਮ ਆਈ ਆ, ਔਰ ਕਿਹੜੇ ਤੱਤ ਦੇ ਘਟਣ ਨਾਲ ਕਿਹੜੀ ਪ੍ਰੋਬਲਮ ਆਈ ਆ, ਤੁਹਾਨੂੰ ਉਰੇ ਆ ਕੇ ਹੀ ਪਤਾ ਲੱਗਣਾ। ਐਡਾ ਲੰਬਾ ਟਾਈਮ ਤੁਹਾਡੇ ਕੋਲ ਹੈ ਨਹੀਂ ਵੀ ਤੁਸੀਂ ਕੋਈ ਵੀਡੀਓ ਦੇਖ ਲਓ ਜੀ, ਕਿਉਂਕਿ ਤੁਹਾਨੂੰ ਤਾਂ ਆਪਣੇ ਮਤਲਬ ਦੀ ਵੀਡੀਓ ਚਾਹੀਦੀ ਹੁੰਦੀ ਆ, ਜਿਹਦੇ 'ਚ ਤੁਹਾਨੂੰ ਮਜ਼ਾ ਆਵੇ, ਸਵਾਦ ਆਵੇ ਦੇਖਣ ਦਾ। ਪਰ ਜਿਵੇਂ ਤੱਤ ਇਹ ਹੈਲਥ ਨਾਲ ਰਿਲੇਟਡ ਹੈ, ਤੁਸੀਂ 3 ਤੱਤਾਂ ਦੀ ਗੱਲ ਕੀਤੀ ਸੀਗੀ ਭਾਜੀ, 3 ਸਾਡੇ ਸਰੀਰ ਦੇ 3 ਕੰਡੀਸ਼ਨਾਂ 'ਚ ਕੰਮ ਕਰਦਾ ਸਾਡਾ ਸਰੀਰ, ਵਾਤ ਪਿੱਤ ਕਫ ਜੀ, 3 ਨਾੜੀ ਤੰਤਰ 'ਤੇ ਅਸੀਂ ਕੰਮ ਕਰਦੇ ਹਾਂ, 5 ਤੱਤਾਂ ਨੂੰ ਬੈਲੈਂਸ ਲਿਆਉਣ ਦੀ ਪ੍ਰਕਿਰਿਆ 'ਤੇ ਕੰਮ ਕਰਦੇ ਹਾਂ। ਜਦ ਤੱਕ ਇਹ ਸਿਸਟਮ ਸਹੀ ਨਹੀਂ ਹੁੰਦਾ ਤੁਸੀਂ ਠੀਕ ਨਹੀਂ ਹੋ ਸਕਦੇ, ਡਾਕਟਰ ਬਦਲੀ ਜਾਓ, ਦਵਾਈਆਂ ਬਦਲੀ ਜਾਓ, ਹੋਸਪਿਟਲ ਬਦਲੀ ਜਾਓ, ਕੰਟਰੀ ਛੱਡ ਕੇ ਬਾਹਰਲੀਆਂ ਕੰਟਰੀਆਂ ਤੋਂ ਟ੍ਰੀਟਮੈਂਟ ਲੈ ਲਓ। ਸਾਡੇ ਕੋਲ ਆਉਂਦੇ ਆ ਕਾਲ ਬਾਹਰ ਦੀਆਂ ਕੰਟਰੀਆਂ ਤੋਂ ਡੇਲੀ, 2,500-3,000 ਕਾਲਾਂ ਆਉਂਦੀਆਂ, ਠੀਕ ਹੈ, 7-8 ਸਾਡੇ ਫੋਨ ਨੰਬਰ ਹੈ, 10 ਬਿਲਕੁਲ ਵੱਜਦੇ ਰਹਿੰਦੇ ਆ। ਮੈਂ ਕੱਢ ਕੇ ਵੀ ਦਿਖਾ ਸਕਦਾ, ਆਪਣੇ ਕੋਲ ਟਾਈਮ ਨਹੀਂ ਹੈਗਾ ਚੱਕਣੇ ਦਾ, ਸਾਨੂੰ ਸਭ ਲੋਕ ਗਾਲਾਂ ਕੱਢਦੇ ਵੀ ਇਹ ਫੋਨ ਨਹੀਂ ਚੱਕਦਾ। ਆਹ ਦੇਖੋ ਫੋਨ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਭਾਅ ਜੀ ਕਾਲ, ਆਹ ਸਾਰੀਆਂ ਰੈੱਡ ਕਾਲਾਂ ਦੇਖ ਲਓ, ਆਹ ਸਭ ਬਾਹਰ ਦੇ ਨੰਬਰ ਹੈ ਜੀ, ਦਿਖਦੇ ਤੁਹਾਨੂੰ? ਹਾਂ, ਆਪਣੇ ਕੋਲ ਟਾਈਮ ਨਹੀਂ ਹੈਗਾ, ਲੋਕ ਬਹੁਤ ਪਰੇਸ਼ਾਨ ਆ। ਦੇਖੋ ਜਦ ਤੱਕ ਕਾਰਨ 'ਤੇ ਨਹੀਂ ਕੰਮ ਕਰੂੰਗੇ ਕੁਛ ਨਹੀਂ ਹੋਣਾ ਹੈਗਾ ਜੀ, ਠੀਕ ਹੈ, ਕਾਰਨ 'ਤੇ ਕੰਮ ਕਰੋ। ਹੁਣ ਇਹਨਾਂ ਨੂੰ ਪਤਾ ਲੱਗ ਗਿਆ, ਹੁਣ ਦੱਸੋ ਕਿਆ ਕਹਿੰਦਾ ਦਿਮਾਗ, ਕਿਆ ਕਹਿੰਦਾ ਬ੍ਰੇਨ ਤੁਹਾਡਾ, ਖੁੱਲ ਗਿਆ ਕੋਕ ਪੀਣ ਨਾਲ ਦਿਮਾਗ ਖੁੱਲ ਗਿਆ? ਪਰ ਦੂਜੇ ਡਾਕਟਰ ਤਾਂ ਡਰਾਉਂਦੇ ਆ ਨਾ ਵੀ ਸ਼ੂਗਰ ਆ ਤੇ ਆਹ ਚੀਜ਼ਾਂ ਬੰਦ ਕਰ ਦਿਓ, ਡਰਦਾ ਬਿਜ਼ਨਸ ਹੈ, ਡਰਦਾ ਹੈ ਸਾਰਾ। ਅੱਛਾ ਜੀ, ਅਸੀਂ ਅੱਜ ਤੱਕ ਕਿਸੇ ਨੂੰ ਡਰਾਇਆ ਨਹੀਂ ਹੈਗਾ। ਜਲੇਬੀ ਖਾ ਸਕਦੇ, ਕਿਉਂ ਨਹੀਂ ਖਾ ਸਕਦੇ, ਦੁੱਧ ਨਾਲ ਜਲੇਬੀ ਖਾ ਸਕਦੇ ਤੁਸੀਂ, ਕੁਛ ਨਹੀਂ ਹੁੰਦਾ ਹੈਗਾ। 1500 mg ਦੀ ਗੋਲੀ ਤੁਹਾਡੇ ਅੰਦਰ ਜਾ ਰਹੀ ਹੈ, 1000 mg ਦੀ, 1500 mg ਦੀ ਆ, ਫਿਰ ਉਹਨੇ ਤਾਂ ਆਪੇ ਸਰੀਰ ਐਸੀ ਤੇ ਐਸੀ ਫੇਰ ਦੇਣੀ, ਸਰੀਰ ਦੀ ਪਾਚਨ ਤੰਤਰ 'ਤੇ ਅਸਰ ਕਰ ਦੇਣਾ, ਉਹਨਾਂ ਕਰਿਆ ਬਈ ਆ, ਮਾਸਪੇਸ਼ੀਆਂ 'ਚ ਦਰਦ ਹੈ,
ਇੱਥੇ ਹਵਾ ਵੀ ਬਣਨ ਲੱਗ ਗਈ ਗੈਸ। ਪਰ ਡਾਕਟਰ ਸਾਹਿਬ ਤੁਸੀਂ ਪਹਿਲਾਂ ਗੱਲ ਕਰਕੇ ਉੱਠੇ ਹੋ ਵੀ ਘਰਾਂ 'ਚ ਜਿਹੜੇ ਬਰਤਨ ਨੇ ਉਹ ਵੀ ਅਸਰ ਕਰਦੇ ਨੇ ਸਿਹਤ 'ਤੇ? ਕਰਦੇ ਆ, ਪਹਿਲਾਂ ਪਿੱਤਲ ਦੇ ਭਾਂਡਿਆਂ 'ਚ ਹੁੰਦੇ ਤੇ ਸਾਰੇ ਉਹ ਗਰਮ ਤਸੀਰ ਹੁੰਦੀ ਪਿੱਤਲ ਦੇ ਭਾਂਡੇ ਦੀ। ਪਿੱਤਲ ਜਦ ਚੂਨੇ ਦੀ ਕਲੀ ਹੁੰਦੀ ਹੈ ਪਿੱਤਲ 'ਚ, ਚੂਨਾ ਜਦ ਵੀ ਲਿਕੁਇਡ ਦੇ ਸੰਪਰਕ 'ਚ ਆਉਂਦਾ ਤਾਂ ਆਕਸੀਜਨ ਪੈਦਾ ਕਰਦਾ ਹੈ ਜੀ, ਆਕਸੀਜਨ ਬਲੱਡ ਨੂੰ ਆਕਸੀਸਾਈਡ ਰੱਖਦੇ ਤੇ ਉਹ ਸੁੰਨਪਣਾ ਕਿਸੇ ਨੂੰ ਹੁੰਦਾ ਨਹੀਂ ਤਾਂ, ਟੀਬੀ ਨਹੀਂ ਤੀ ਹੁੰਦੀ ਕਿਸੇ ਨੂੰ, ਹੈ ਸ਼ੂਗਰ ਨਹੀਂ ਤੀ ਹੁੰਦੀ ਕਿਸੇ ਨੂੰ, ਹੈ ਕਿਸੇ ਨੂੰ ਮਤਲਬ ਅਧਰੰਗ ਨਹੀਂ ਤਾਂ ਹੁੰਦਾ ਕਿਉਂਕਿ ਬਲੱਡ ਆਕਸੀਸਾਈਡ ਰਹਿੰਦਾ ਤਾਂ ਜੀ। 90+ ਚਾਹੀਦਾ ਸਾਡੇ ਸਰੀਰ ਦਾ ਬਲੱਡ ਦਾ ਜਿਹੜਾ ਆਕਸੀਜਨ ਲੈਵਲ ਹੈ, 70-70 ਆਇਆ ਵਾ ਲੋਕਾਂ ਦਾ, ਕਿੱਥੇ ਬਚ ਜੂੰਗੇ? ਉਹ WHO ਨੇ ਠੀਕ ਕਿਹਾ 2030 ਤੱਕ 70% ਭਾਰਤੀਆਂ ਨੂੰ ਡਾਇਬਟੀਜ਼ ਔਰ ਕੈਂਸਰ ਹੋ ਜਾਣਾ, ਔਰ ਹੋਣਾ ਡਨ ਆ ਉਹ, ਕਿਉਂਕਿ ਸਾਡੀਆਂ ਆਦਤਾਂ ਹੀ ਇਹੋ ਜਿਹੀਆਂ। ਸਾਰੇ ਲੋਕ ਸਟੀਲ ਵਰਤ ਰਹੇ, ਸਟੀਲ 'ਚ ਤਾਂ ਚਾਹ, ਦੁੱਧ ਸਾਰਾ ਕੁਛ ਸਟੀਲ 'ਚ ਬਣਦਾ, ਸਟੀਲ ਠੰਡੀ ਧਾਤ ਹੈ, ਸਟੀਲ ਨੇ ਤੁਹਾਨੂੰ ਜੁਆਇੰਟ ਪ੍ਰੋਬਲਮ ਕਰਤੀ। ਬਚੋ, ਆਪਣੇ ਤਰੀਕੇ ਅਪਣਾ ਲਓ, ਕੱਢ ਲਓ ਸੰਦੂਕਾਂ ਵਿੱਚ ਤੇ ਪਿੱਤਲ ਵਰਤੋ, ਉਸ ਪਿੱਤਲ ਦੇ ਭਾਂਡੇ ਨੂੰ। ਭਾਂਡੇ ਅਸਰ ਕਰਦੇ ਆ ਸਰੀਰ 'ਤੇ? ਕਰਦੇ ਆ, ਧਾਤਾਂ ਵੀ ਅਸਰ ਕਰਦੀਆਂ, ਤੱਤ ਵੀ ਅਸਰ ਕਰਦੇ ਆ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ, ਆਹ ਦੇਖੋ ਆਹ ਚਾਂਦੀ ਆ, ਚਾਂਦੀ ਖੱਬੇ ਹੱਥ 'ਚ ਪਾਣੀ ਆ ਹਮੇਸ਼ਾ ਹੀ, ਤਾਂ ਇਹਨੇ ਤੁਹਾਡਾ ਲੀਵਰ ਸਹੀ ਰੱਖਣਾ, ਜਿਗਰ ਦੀ ਗਰਮੀ ਨਹੀਂ ਹੋਣ ਦੇਣੀ। ਸਾਰੇ ਲੋਕਾਂ ਨੂੰ ਜਿਗਰ 'ਚ ਗਰਮੀ ਆ, ਫੈਟੀ ਲੀਵਰ ਹੈ, ਔਰ ਫੈਟੀ ਲੀਵਰ ਦੀ ਦਵਾਈ ਮੈਂ ਫ੍ਰੀ ਦਿੰਦਾ ਇੱਥੇ, ਪੀਲੀਏ ਦੀ ਵੀ, ਕਾਲੇ ਪੀਲੀਏ ਦੀ ਵੀ ਫ੍ਰੀ, ਪਰ ਮੇਰੇ ਕੋਲ ਆਉਣਾ ਪੈਣਾ ਤੁਹਾਨੂੰ, ਫ੍ਰੀ ਮੈਡੀਸਿਨ ਹੈ। ਪਰ ਹੱਥਾਂ 'ਚ ਕੀ ਪਾਇਆ, ਕਿਹੜੀ ਕਿਹੜੀ ਬਲਕੀ ਚਾਂਦੀ, ਚਾਂਦੀ ਖੱਬੇ ਹੱਥ 'ਚ, ਇਹ ਤਾਂ ਠੰਡੀ ਧਾਤ ਹੈ। ਆਹ ਦੇਖੋ ਇੱਧਰ ਇਹਨਾਂ ਨੇ ਸੋਨਾ ਇੱਧਰ ਪਾਇਆ ਵਾ, ਪ੍ਰੋਬਲਮ ਕਿਆ ਹੈ? ਐਂਗਜ਼ਾਇਟੀ, ਬੈਕ ਪੇਨ, ਗੈਸ, ਐਸਿਡ ਬਣਦਾ। ਅੱਜ ਸੋਨਾ ਗਲਤ ਹੱਥ 'ਚ ਪਾਇਆ ਵਾ ਨਾ, ਗਲਤ ਉਂਗਲੀ 'ਚ ਪਾਇਆ ਵਾ, ਇਸੇ ਸੋਨੇ ਨੂੰ ਤੁਸੀਂ ਇੱਧਰ ਪਾ ਲਓ, 4 ਘੰਟੇ 'ਚ ਰਿਜ਼ਲਟ ਦੇ ਦੇਣਾ ਨਾ। ਆਹ ਚਾਂਦੀ ਦੇਖੋ ਕਿੱਧਰ ਪਾਈ ਵੀ, ਸੱਜੇ ਹੱਥ 'ਚ, ਚਾਂਦੀ ਨੂੰ ਖੱਬੇ ਹੱਥ 'ਚ ਪਾਓ, ਇਹ ਸੱਜੇ ਹੱਥ 'ਚ ਸਿਰਫ ਗਰਮ ਧਾਤ ਪੈਣੀ, ਸੋਨਾ ਜਾਂ ਤਾਂਬਾ। ਠੀਕ ਹੈ, ਆ ਉਲਟ ਕਰਿਆ ਪੈਂਦਾ ਨਾ ਸਰੀਰ ਦਾ ਸਿਸਟਮ, ਉਲਟ ਹੋ ਗਿਆ ਵਾ, ਨੀਂਦ ਨਹੀਂ ਆਉਂਦੀ ਹੋਣੀ, ਇਹ ਅਸਰ ਕਰਦੀਆਂ ਚੀਜ਼ਾਂ, ਨੀਂਦ ਆਉਂਦੀ ਆ, ਬਸ ਫਿਰ ਹੈ ਨਾ। ਇਹ ਕੋਈ ਮਤਲਬ ਕਹਿਣ ਦਾ ਵੀ ਧਾਤਾਂ ਦਿਖਾਵੇ ਖਾਤਰ ਨਹੀਂ ਹੈਗੀਆਂ ਵੀ ਤੁਸੀਂ ਇੰਨਾ ਸੋਨਾ ਪਾਇਆ ਵਾ, ਇੰਨੀ ਚਾਂਦੀ ਪਾਈ ਵੀ, ਇੰਨਾ ਕੁਛ ਕਰਿਆ ਵਾ, ਇਹ ਪ੍ਰੋਟੈਕਸ਼ਨ ਵਾਸਤੇ ਦੀਆਂ। ਰਾਜੇ ਮਹਾਰਾਜੇ ਪਹਿਲਾਂ ਹੀਰਿਆਂ ਨਾਲ ਉਹਨਾਂ ਨੂੰ ਤਾਂ ਹੀ ਉਹਨਾਂ ਨੂੰ ਸਜਾ ਕੇ ਰੱਖਦੇ ਤੇ ਰਾਜੇ ਮਹਾਰਾਜੇ ਨੂੰ ਵੀ ਇਹ ਬੰਦਾ ਪ੍ਰੋਟੈਕਟ ਰਹੇ, ਇਹਦੇ 'ਚ ਕਿਸੇ ਵਾਇਰਸ ਦਾ ਅਸਰ ਨਾ ਹੋਵੇ ਇਸ 'ਤੇ, ਬਿਲਕੁਲ ਕੋਈ ਨੈਗੇਟਿਵਿਟੀ ਨਾ ਆਵੇ। ਇਸ ਕਰਕੇ ਉਹਨਾਂ ਨੂੰ ਹੀਰਾ ਮਤਲਬ ਔਰ ਸੋਨੇ 'ਚ ਜੜ ਕੇ ਰੱਖਦੇ ਤੇ, ਕਿਉਂਕਿ ਸੋਨਾ ਸੁਰੱਖਿਅਤ ਤਨ, ਸੋਨਾ ਸਾਡੇ ਸਰੀਰ ਨੂੰ ਸੁਰੱਖਿਅਤ ਰੱਖਦਾ, ਚਾਂਦੀ ਸਾਡੇ ਦਿਮਾਗ ਨੂੰ ਤੇਜ਼ ਕਰਦੀ ਆ, ਗਰਮੀ ਨਹੀਂ ਹੋਣ ਦਿੰਦੀ। ਹੁਣ ਜੇ ਤੁਸੀਂ ਉਲਟਾ ਹੱਥ 'ਚ ਪਾਇਆ ਵਾ, ਦੇਖੋ ਮੈਂ ਤਾਂਬਾ ਪਾਇਆ ਵਾ ਇਸ ਉਂਗਲੀ 'ਚ, ਇੱਧਰ ਮੈਂ ਸੋਨਾ ਪਾਇਆ ਵਾ, ਜਿੰਨੀ ਕੁ ਮੈਨੂੰ ਲੋੜ ਆ ਮੈਂ ਉਨਾ ਕੁ ਪਾਇਆ ਵਾ, ਇਹਦੇ ਨਾਲ ਮੇਰਾ ਸਰੀਰ ਸੈੱਟ ਰਹਿੰਦਾ। ਮੈਂ 40 ਸਾਲ ਦੀ ਮੇਰੀ ਏਜ ਹੈ, ਤੁਸੀਂ ਮੇਰੀ ਸਕਿੰਨ ਦੇਖ ਸਕਦੇ ਆ, 40 ਸਾਲ ਦੀ ਸਕਿੰਨ ਨਹੀਂ ਲੱਗਦੀ ਮੇਰੀ, ਦਾੜੀ ਬੇਸ਼ੱਕ ਚਿੱਟੀ, ਅੱਜ ਦਾ ਜੰਮ ਦਿੰਦੇ ਚਿੱਟੇ ਆਉਣ ਲੱਗ ਗਏ। ਠੀਕ ਹੈ, ਸਿਰਫ ਧੁੰਨੀ 'ਚ ਦਵਾਈ ਪਾਓ, ਧਾਤਾਂ ਨੂੰ ਔਰ ਤੱਤਾਂ ਨੂੰ ਬੈਲੈਂਸ 'ਚ ਲਿਆਓ ਆਪਣੀਆਂ। ਜੇ ਗਲਤ ਹੱਥ 'ਚ ਪਾਈ ਵੀ ਹੈ ਤਾਂ ਉਹਨੂੰ ਬਦਲ ਦਿਓ, ਹਾਂ ਜਿੰਨੀ ਹੋ ਸਕੇ ਇਹਨੂੰ ਸ਼ੇਅਰ ਕਰ ਦਿਓ, ਤੁਹਾਡਾ ਕੁਛ ਨਹੀਂ ਜਾਣਾ। ਇਹ ਵਹਿਮ ਤਾਂ ਨਹੀਂ ਹੈ, ਵਹਿਮ ਤਾਂ ਨਹੀਂ ਹੈ ਕਿਸੇ ਗੱਲ ਦਾ, ਕਿਸੇ ਚੀਜ਼ ਦਾ ਵਹਿਮ ਹੈ? ਕੋਈ ਵਹਿਮ ਨਹੀਂ ਹੈਗਾ, ਇਹ ਵਹਿਮ ਨਹੀਂ ਹੈ ਨਾ, ਇਹ ਰਿਐਲਿਟੀ ਹੈ, ਰਿਐਲਿਟੀ ਹੈ, ਪਾਲ ਕੇ ਦੇਖ ਲਓ ਫਿਰ। ਤੁਸੀਂ ਜਿਹੜਾ ਹੁਣ ਬੰਦਾ ਕਹਿੰਦਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਤੰਦਰੁਸਤ ਹੈ, ਰਿਸ਼ਟ ਪੁਸ਼ਟ ਹੈ, ਉਹ ਆਪਣੇ ਸੱਜੇ ਹੱਥ 'ਚ ਚਾਂਦੀ ਦਾ ਕੜਾ ਪਾ ਲਵੇ ਤੇ ਖੱਬੇ ਹੱਥ 'ਚ ਸੋਨੇ ਦਾ ਕੜਾ ਪਾ ਲਵੇ, 20 ਦਿਨ ਬਾਅਦ ਗੱਲ ਕਰੇ ਆ ਕੇ, ਦੱਸੇ ਫਿਰ ਕਿਵੇਂ ਆ, ਚੈਲੇਂਜ ਆ ਤੁਹਾਡਾ, ਪਤਾ ਲੱਗੇ ਜਾਣਾ ਬੰਦੇ ਨੂੰ। ਮੈਂ ਕਿਆ ਕਹਿਣਾ, ਫੈਟੀ ਲੀਵਰ ਫੈਟੀ ਹੋ ਜਾਣਾ ਜਾਂ ਸ਼ੂਗਰ ਹੋ ਜਾਣੀ ਆ, ਠੰਡਾ ਹੋ ਜਾਣਾ ਸਰੀਰ, ਪਾਚਨ ਤੰਤਰ 'ਤੇ ਅਸਰ ਪੈ ਜਾਣਾ। ਇਹ ਤਾਂ ਸਿੱਧਾ ਉਹ ਹੋਇਆ ਵਾ ਨਹੀਂ ਹੈਗਾ, ਪੁੱਛੋ ਤਾਂ ਸਹੀ, ਸਿੱਧਾ ਸਾਦਾ ਬਿਮਾਰੀ। ਕਿੰਨੇ ਸਾਲ ਹੋ ਗਏ ਕੜਾ ਪਾਏ ਨੂੰ? ਹੁਣ ਬਦਲਿਆ, ਫਰਕ ਪੈ ਜੂਗਾ, 4 ਘੰਟੇ 'ਚ ਅਸਰ ਕਰਦੀਆਂ ਧਾਤਾਂ ਜਿਹੜੀਆਂ ਸਾਡੇ ਸਰੀਰ ਨੂੰ ਮਿਲਦੀਆਂ। ਹੁਣ
ਕਈ ਕਈ ਜੰਮਦੇ ਬੱਚੇ ਨੂੰ ਚਾਂਦੀ ਦੇ ਚਮਚੇ ਨਾਲ ਪਿਲਾਉਂਦੇ ਸ਼ਾਇਦ ਸ਼ੁਰੂ ਵੀ ਜਿਹਨੂੰ ਪਹਿਲੀ ਦੇਣੀ ਹੁੰਦੀ ਆ ਕਹਿ ਦਿੰਦੇ ਹੁੰਦੇ ਉਹਨੂੰ ਗੁੜਤੀ ਦੇਣੀ ਦਿੰਦੇ ਆ ਚਾਂਦੀ ਦੇ ਚਮਚ ਦੇਣ ਦਾ ਮਤਲਬ ਇਹ ਤਾਂ ਵੀ ਚਾਂਦੀ ਸ਼ੁੱਧ ਹੈ ਠੰਡੀ ਹੈ ਚਾਂਦੀ ਸਰੀਰ ਜਿੰਨਾ ਅੰਦਰ ਆ ਲੀਵਰ ਠੰਡਾ ਚਾਹੀਦਾ ਲੀਵਰ 'ਚ ਗਰਮੀ ਨਹੀਂ ਚਾਹੀਦੀ ਸਮਝ ਗਏ ਨਾ ਇਹ ਚਾਂਦੀ ਨੇ ਰੱਖਣਾ ਚਾਂਦੀ ਬੰਦੇ ਨੂੰ ਗੁੱਸਾ ਨਹੀਂ ਆਉਣ ਦਿੰਦੀ ਸ਼ਾਂਤ ਰੱਖਦੀ ਹੈ ਸ਼ਾਂਤ ਤਾਂਬਾ ਤਾਂਬਾ ਔਰ ਸੋਨਾ ਅਗਰੈਸਿਵ ਹੈ ਅਗਰੈਸਿਵ ਚੀਜ਼ ਅਗਨੀ ਨੂੰ ਚਾਹੀਦੀ ਆ ਅਗਨੀ ਅਗਰੈਸਿਵ ਹੋਊਗੀ ਅਗਨੀ ਇਸ ਸਾਈਡ ਵਾਸ ਅਗਨੀ ਦਾ ਸਾਡੀ ਪੈਨਕ੍ਰਿਆਸ ਅਗਨੀ ਤੱਤਵ ਜਦ ਅਗਨੀ ਇਨਬੈਲੈਂਸ ਹੋ ਗਈ ਤਾਂ ਸ਼ੂਗਰ ਹੋ ਗਈ ਅਗਨੀ ਇਨਬੈਲੈਂਸ ਹੋ ਕੇ ਪੈਰਾਂ 'ਚ ਚੱਲ ਗਈ ਜਾਂ ਅੱਖਾਂ 'ਚ ਚੱਲ ਗਈ ਜਿਹਨੂੰ ਸ਼ੂਗਰ ਉਹਦੀਆਂ ਅੱਖਾਂ ਔਰ ਪੈਰ ਗਰਮ ਹੁੰਦੇ ਆ ਇਹ ਤੱਤ ਪਿੱਤ ਅਤੇ ਉਹ ਜਿਹੜੀ ਤੁਸੀਂ ਵਾਤ ਪਿੱਤ ਕਫ ਅਲੱਗ ਚੀਜ਼ ਆ ਭਾਜੀ ਵਾਤ ਹੁੰਦੀ ਹੈ ਜਿੱਦਾਂ ਇੱਕ ਪੌਦੇ ਦੀ ਸੁਗੰਧ ਦੁਰਗੰਧ ਹੈ ਨਾ ਫਲ ਪੱਤੇ ਫੁੱਲ ਸੁਗੰਧ ਇਹ ਵਾਤ ਹੈ ਜੀ ਮਤਲਬ ਇੱਕ ਇਨਸਾਨ ਦੀ ਜਿਹੜੀ ਪ੍ਰੋਬਲਮ ਹੈ ਜਿੱਦਾਂ ਉਹਨੂੰ ਗੁਪਤ ਰੋਗ ਹੋ ਗਿਆ ਬਿਲਕੁਲ ਸੰਕਰਾਣੂਆਂ ਦੀ ਘਾਟ ਹੋ ਗਈ ਬੱਚਾ ਨਹੀਂ ਪੈਦਾ ਕਰ ਸਕਦਾ ਉਹ ਵਾਤ ਜੀ ਇਹ ਸਭ ਤੋਂ ਪਹਿਲਾਂ ਸਾਡੇ ਸਰੀਰ ਨੂੰ ਕੰਡੀਸ਼ਨ ਸਾਡਾ ਸਰੀਰ ਸਾਨੂੰ ਦੱਸਦਾ ਸਭ ਤੋਂ ਪਹਿਲਾਂ ਬੁੱਲ ਸੁੱਕਦੇ ਹਾਂ ਬੁੱਲ ਫਟਣੇ ਸ਼ੁਰੂ ਹੁੰਦੇ ਬੰਦਾ ਕੁਛ ਲਾ ਲੈਂਦਾ ਲਿਪ ਕਾਟ ਲਾਉਂਦਾ ਫਲਾਣਾ ਲਾ ਲੈਂਦਾ ਉਹ ਦਵਾਈ ਖਾ ਲੈਂਦਾ ਗੋਲੀ ਖਾ ਲੈਂਦਾ ਐਂ ਹੋ ਜਾਂਦਾ ਉਹ ਸਰੀਰ ਨੇ ਦੱਸਦਾ ਪਹਿਲਾਂ ਪਹਿਲਾਂ ਸਰੀਰ ਨੇ ਸਾਨੂੰ ਅਲਰਟ ਕਰਤਾ ਵੀ ਪਹਿਲੀ ਇੰਡੀਕੇਸ਼ਨ ਦਿੱਤੀ ਵੀ ਗਰਮੀ ਹੋ ਗਈ ਨਹੀਂ ਝੜ ਜਾਣਾ ਸਾਰਾ ਕੁਛ ਵਾਲ ਝੜ ਜਾਣੇ ਅੱਖਾਂ ਦੀ ਰੌਣਕ ਚੱਕ ਹੋ ਜਾਣੀ ਦੰਦਾਂ ਦਾ ਸਵਾਦ ਚੱਲ ਜਾਣਾ ਜੀਭ ਦਾ ਸਵਾਦ ਚੱਲ ਜਾਣਾ ਇਹ ਹੈਗੀ ਬਾਤ ਮਤਲਬ ਜਿਹੜੀ ਚੀਜ਼ ਨੂੰ ਫੀਲ ਕਰਿਆ ਜਾਂਦਾ ਹੈ ਕਿ ਤੁਹਾਡੇ ਹੁਣ ਮੈਂ ਮੰਨ ਲਓ ਮਾਰਿਆ ਕੁਛ ਤੁਸੀਂ ਫੀਲ ਕਰ ਰਿਹਾ ਜਿਹੜੀ ਉਹ ਬਾਤ ਹੈ ਫੀਲਿੰਗਸ ਮਹਿਸੂਸ ਕਰਨਾ ਮਹਿਸੂਸ ਕਰਨਾ ਫੀਲ ਕਰਨਾ ਦੂਸਰਾ ਹੈਗਾ ਪਿੱਤ ਗਰਮੀ ਗਰਮੈਸ਼ ਖੁਸ਼ਕੀ ਬਵਾਸੀਰ ਗਲ ਦੇ ਛਾਲੇ ਮੂੰਹ ਦੇ ਛਾਲੇ ਐਸਿਡ ਤੇਜ਼ਾਬ ਸਮਝ ਗਏ ਸਕਿਨ ਪ੍ਰੋਬਲਮ ਝੁਰੜੀਆਂ ਪੈ ਜਾਣੀਆਂ ਅੱਖਾਂ ਦੀ ਨਿਗ੍ਹਾ ਚੱਲ ਜਾਣੀ ਤੀਸਰਾ ਹੈਗਾ ਕਫ ਦਮਾ ਟੀ ਬੀ ਜੁਆਇੰਟ ਪ੍ਰੋਬਲਮ ਕਫ ਸਰੀਰ 'ਚ ਕਫ ਵੱਧ ਜਾਂਦਾ ਤਿੰਨ ਚੀਜ਼ਾਂ ਇਹ ਵਾਤ ਪਿੱਤ ਕਫ ਤਿੰਨੇ ਚੀਜ਼ਾਂ ਨੂੰ ਕੰਟਰੋਲ ਸਾਡੀ ਧੁੰਨੀ ਕਰਦੀ ਆ ਬਿਲਕੁਲ ਆਪਣੀ ਧੁੰਨੀ ਨੂੰ ਐਤਵਾਰ ਨੂੰ ਕੁਛ ਨਹੀਂ ਲਾਉਣਾ ਧੁੰਨੀ ਨੂੰ ਰਵੀਵਾਰ ਨੂੰ ਮੈਂ ਤੁਹਾਨੂੰ ਦੱਸਣ ਲੱਗਿਆ ਅੱਜ ਐਤਵਾਰ ਨੂੰ ਧੁੰਨੀ ਨੂੰ ਕੁਛ ਨਹੀਂ ਲਾਉਣਾ ਹੈਗਾ ਕਿਸੇ ਨੇ ਨਹੀਂ ਦੱਸਣਾ ਸਭ ਸੇਲ ਕਰ ਰਹੇ ਵੇਚ ਰਹੇ ਆ ਐਤਵਾਰ ਜਿਹੜਾ ਹੁੰਦਾ ਨਾ ਰਵੀ ਰਵੀ ਕਹਿੰਦੇ ਸੂਰਿਆ ਨੂੰ ਸਨ ਡੇ ਸਨ ਸੂਰਿਆ ਉਹ ਹੁੰਦਾ ਸੂਰਿਆ ਦਾ ਦਿਨ ਉਸ ਦਿਨ ਬ੍ਰਹਮ ਦੀ ਪੂਜਾ ਨਹੀਂ ਹੁੰਦੀ ਹੈਗੀ ਬ੍ਰਹਮ ਸਾਡੀ ਧੁੰਨੀ ਆ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਵਾ ਹੈ ਬ੍ਰਹਮਾ ਇਹ ਬ੍ਰਹਮ ਹੈ ਬ੍ਰਹਮ ਦੀ ਪੂਜਾ ਐਤਵਾਰ ਨੂੰ ਨਹੀਂ ਹੁੰਦੀ ਅਗਰ ਤੁਸੀਂ ਕੀਤੀ ਤਾਂ ਤੁਹਾਡੇ ਰੋਗ ਦੀ ਦਸ਼ਾ ਵਿਗੜ ਜਾਣੀ ਆ ਗ੍ਰਹਿ ਦਸ਼ਾ ਗ੍ਰਹਿ ਦੀ ਲੈਨਮੈਂਟ ਵਿਗੜ ਜਾਣੀ ਆ ਹੁਣ ਜਿਹੜੇ ਇਸ ਚੀਜ਼ ਨੂੰ ਮੰਨਦੇ ਆ ਤਾਂ ਵੀ ਠੀਕ ਹੈ ਜੇ ਕੋਈ ਨਹੀਂ ਮੰਨਦਾ ਤਾਂ ਵੀ ਠੀਕ ਹੈ ਠੀਕ ਹੈ ਅਸੀਂ ਮਤਲਬ ਸ਼ਾਸਤਰ ਪੜ੍ਹ ਕੇ ਉਹ ਗੱਲ ਕਰ ਰਹੇ ਆਪਾਂ ਜੋ ਸ਼ਾਸਤਰਾਂ 'ਚ ਲਿਖਿਆ ਵਾ ਅੱਜ ਕੱਲ੍ਹ ਜੋ ਕੁਛ ਵੀ ਹੋ ਰਿਹਾ ਸਭ ਨੂੰ ਪਤਾ ਕਲਯੁਗ 'ਚ ਕਿਆ ਹੋਣਾ ਤਾਂ ਉੱਥੇ ਸ਼ਾਸਤਰਾਂ 'ਚ ਪਹਿਲਾਂ ਹੀ ਲਿਖਿਆ ਵਾ ਆ ਕਰੋਨਾ ਬਾਰੇ ਸਭ ਪਹਿਲਾਂ ਲਿਖਿਆ ਵਾ ਉਹਦਾ ਇਲਾਜ ਵੀ ਲਿਖਿਆ ਵਾ ਏ ਕੋਈ ਨਵੀਂ ਬਿਮਾਰੀ ਨਹੀਂ ਹੈਗੀ ਜਿਹਨੂੰ ਕਹਿੰਦੇ ਚਿਕਨਗੁਨੀਆ ਨਵੀਂ ਬਿਮਾਰੀ ਹੈਗੀ ਚਿਕਨਗੁਨੀਆ ਵੀ ਉਹਦੇ ਵਿੱਚ ਦਰਜ ਹੈ ਉਹਦਾ ਇਲਾਜ ਵੀ ਲਿਖਿਆ ਵਾ ਏ ਹਰ ਚੀਜ਼ ਦੀ ਮੈਂ ਸਿਰਫ ਇਹ ਗੱਲ ਕਹਿੰਦਾ ਵੀ ਧੱਤ ਔਰ ਧਾਤਾਂ ਤੱਤ ਇਹਨਾਂ ਨੂੰ ਬੈਲੈਂਸ 'ਚ ਲਿਆਓ ਆਪਣੀ ਬੋਡੀ ਦੇ ਹਿਸਾਬ ਦਾ ਧਾਤ ਪਾਓ ਬਿਲਕੁ�ਲ ਅਤੇ ਤੁਸੀਂ ਆਪ ਹੀ ਠੀਕ ਹੋ ਜਾਣਾ ਜਿਹਨੂੰ ਆਇਰਨ ਦੀ ਘਾਟ ਹੈ ਲੋਹੇ ਦਾ ਕੜਾ ਪਾ ਲਵੇ ਲੋਹੇ ਦੇ ਭਾਂਡੇ 'ਚ ਪਾਣੀ ਪੀਓ ਖਾ ਕੁਛ ਬਣਾ ਕੇ ਪੀਓ ਸਭ ਤੋਂ ਵਧੀਆ ਆਇਰਨ ਜਿਹਨੂੰ ਪਿਸ਼ਾਬ ਦੀ ਸਮੱਸਿਆ ਹੋ ਜਾਂਦੀ ਹੈ ਆਇਰਨ ਦੀ ਘਾਟ ਨਾਲ ਹੋ ਜਾਂਦੀ ਆ ਆਇਰਨ ਵਧਾ ਦਿਓ ਆਪਣਾ ਬੇਸਣ 'ਚ ਆਇਰਨ ਹੈ ਕਾਲੇ ਛੋਲਿਆਂ 'ਚ ਆਇਰਨ ਹੈ ਕਿਸ ਚੀਜ਼ 'ਚ ਕਿਆ ਕਿਆ ਹੈ ਇਹ ਤੁਸੀਂ ਗੂਗਲ 'ਤੇ ਹੀ ਪੜ੍ਹ ਲਓ ਹੁਣ ਗੂਗਲ ਤੁਸੀਂ ਫੋਨ ਰੱਖੇ ਵੇ ਐਡੇ ਐਡੇ ਮਹਿੰਗੇ ਲੱਖ ਲੱਖ ਦੇ ਫੋਨ ਵੀ ਰੱਖੇ ਵੇ 10,000 ਦਾ ਫੋਨ ਵੀ ਰੱਖਿਆ ਵੀ ਇਹਦਾ ਫਾਇਦਾ ਲਓ ਨਾ ਇਹ 'ਚ ਪੁੱਛੋ ਵੀ ਦੇਖੋ ਵੀ ਕਿਹੜੇ ਵਿਟਾਮਿਨ ਦੀ ਘਾਟ ਨਾਲ ਕਿਹੜਾ ਰੋਗ ਹੁੰਦਾ ਆਪਣਾ ਰੋਗ ਆਪ ਠੀਕ ਕਰੋ ਹੁਣ ਤਾਂ ਲੋੜ ਹੀ ਨਹੀਂ ਹੈਗੀ ਤੁਹਾਨੂੰ ਕਿਤਾਬਾਂ ਪੜ੍ਹਨੇ ਦੀ ਐਡੀ ਤਕੜੀ ਟੈਕਨੋਲੋਜੀ ਹੋ ਗਈ ਵੀ ਆ ਕਿਹੜੀ ਵਿਟਾਮਿਨ ਦੇ ਘਾਟ ਨਾਲ ਕਿਹੜਾ ਰੋਗ ਹੈ ਵਾਲ ਕਿਉਂ ਝੜਦੇ ਆ ਸਕਿਨ ਪ੍ਰੋਬਲਮ ਕਿਉਂ ਆ ਉਹਨੇ ਦੱਸ ਦੇਣਾ ਇਸ ਵਿੱਚ ਉਹਨੇ ਇਹ ਵੀ ਦੱਸ ਦੇਣਾ ਇਹਨੇ ਵੀ
ਵਿਟਾਮਿਨ ਫਿਰ ਉਹ ਮਿਲਣਾ ਕਿੱਥੇ ਤੇ ਆ ਜਿਹੜਾ ਘਟਿਆ ਤੁਹਾਡਾ? ਇਹ ਡਾਕਟਰ ਵੀ ਹੈ ਫੋਨ, ਬਿਲਕੁਲ ਸਹੀ ਗੱਲ, ਐਵੇਂ ਨਾ ਆਪਣਾ ਸ਼ੋਸ਼ਣ ਕਰਾਈ ਜਾ ਉੱਥੇ ਲਾਈਨਾਂ 'ਚ ਲੱਗ ਲੱਗ ਕੇ, ਹਸਪਤਾਲਾਂ ਮੈਂ ਪੈਰ ਰੱਖਣੇ ਨੂੰ ਜਗ੍ਹਾ ਨਹੀਂ ਹੈਗੀ, ਧਰਤੀ ਪੱਟ 'ਤੇ ਵੀ ਰੱਖ, ਜਿਹੜਾ ਮਰਜ਼ੀ ਹੋਸਪਿਟਲ ਨਵਾਂ ਖੋਲ੍ਹ ਲਓ ਜਦੇ ਰਸ਼ ਹੋ ਜਾਂਦਾ ਉੱਥਾਂ। ਬਾਲ ਵਿਟਾਮਿਨ ਏ, ਬੀ, ਚਿਕਨਾਹਟ, ਦੇਸੀ ਘੇ, ਆਮਲਾ, ਹੈ ਨਾ। ਹੁਣ ਇਹ ਤਾਂ ਬਹੁਤ ਕੁਛ ਹੈ ਦੱਸਣ ਨੂੰ, ਤਾਂ ਬਹੁਤ ਕੁਛ ਹੈ, ਪਰ ਮੈਂ ਕਿਆ ਕਰਾਂ, ਟਾਈਮ ਘੱਟ ਹੈ ਤੁਹਾਡੇ ਕੋਲ ਵੀ, ਇੰਨਾ ਟਾਈਮ ਨਹੀਂ ਹੈਗਾ। ਸਰੀਰ ਨੂੰ ਤੰਦਰੁਸਤ ਬਣਾਓ, ਘਨੌਲੀ ਬੈਰੀਅਰ ਤੇ ਆਓ। ਹਾਂ ਬਿਲਕੁਲ ਸਹੀ ਗੱਲ, ਠੀਕ ਹੈ। 100 ਰੋਗਾਂ ਦੀ ਇੱਕੋ ਹੀ ਦਾਰੂ ਆ, ਨਾਭੀ ਸ਼ਕਤੀ ਅੰਮ੍ਰਿਤ, ਘਨੌਲੀ ਬੈਰੀਅਰ, ਸ੍ਰੀ ਆਨੰਦਪੁਰ ਸਾਹਿਬ ਰੋਡ, ਸਮਰਾਲਾ ਬ੍ਰਾਂਚ ਹੈ, ਨੰਬਰ ਚਲਾ ਦਿਓ। ਬਿਲਕੁਲ ਜੀ, ਜੀਰਕਪੁਰ ਬ੍ਰਾਂਚ ਹੈ, ਨੰਬਰ ਚਲਾ ਦਿਓ। ਅੰਮ੍ਰਿਤਸਰ ਸਾਹਿਬ ਬ੍ਰਾਂਚ ਹੈ, ਅਮੈਰੀਕਾ 'ਚ ਨਿਊ ਜਰਸੀ 'ਚ, ਅਮੈਰੀਕਾ 'ਚ ਨਿਊ ਜਰਸੀ 'ਚ ਬ੍ਰਾਂਚ ਹੈ, ਨੰਬਰ ਚਲਾ ਦਿਓ, ਠੀਕ ਹੈ। ਤੁਹਾਨੂੰ ਕੋਈ ਲੋਕ ਲੱਖਾਂ ਕਰੋੜਾਂ ਦਾ ਟ੍ਰੀਟਮੈਂਟ ਦੇਣ ਖਾਤਰ ਆਊਟ ਆਫ ਕੰਟਰੀ ਜਾਂਦੇ ਆ, ਜਿਹੜੇ ਆਊਟ ਆਫ ਕੰਟਰੀ ਬੈਠੇ ਅਗਰ ਮਿਲਣਾ ਤਾਂ ਤੁਹਾਨੂੰ ਆਉਣਾ ਹੀ ਪੈਣਾ, ਇੱਕ ਵਾਰੀ ਆ ਜਿਓ। ਬਿਲਕੁਲ, ਠੀਕ ਹੈ, ਇੱਥੇ ਆਓ, ਚਾਹ ਪਾਣੀ ਰੋਟੀ ਸਭ ਮਿਲਦਾ ਹੈ। ਹਾਂ, ਦੂਰ ਦੁਰਾਡੇ 'ਤੇ ਆਏ ਬੰਦਿਆਂ ਨੂੰ ਕੋਈ ਕਮੀ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਹੈ ਨਹੀਂ, ਠੀਕ ਹੈ। ਮੈਂ ਖੁਦ ਉਸ ਬੰਦੇ ਕੋਲ ਆਪਣਾ ਹੱਥ ਫੜਾਇਓ, ਆਪਣੀ ਨਬਜ਼, ਹਾਂ, ਜਿਹੜਾ ਆਪ ਫਿੱਟ ਹੋਵੇ। ਮੈਂ 40 ਸਾਲ ਦੀ ਮੇਰੀ ਉਮਰ ਹੈ, ਆ ਮੈਂ ਤੁਹਾਡੇ ਸਾਹਮਣੇ ਹਾਂ, ਠੀਕ ਹੈ। ਹਾਂ, ਸਕਿਨ ਦੇਖ ਲਓ ਮੇਰੀ, ਜਿਹੜਾ ਬੰਦਾ ਆਪ ਫਿੱਟ ਆ ਤੁਸੀਂ ਉਸ 'ਤੇ ਉਮੀਦ ਰੱਖ ਸਕਦੇ ਵੀ ਤੁਹਾਨੂੰ ਉਹ ਠੀਕ ਕਰ ਸਕਦਾ ਹੈ। ਜਿਹੜੇ ਡਾਕਟਰ ਤੋਂ ਆਪ ਹੁਣ ਜਿਹਦੇ ਆਪਣੇ ਬਟਨ ਨੂੰ ਟੁੱਟਣੇ ਨੂੰ ਫਿਰਦੇ ਆ, ਆਪਣੀਆਂ ਅੱਖਾਂ 'ਤੇ ਐਨਕ ਲੱਗੀ ਵੀ ਆ, ਹੈ ਨਾ, ਬਿਲਕੁਲ, ਉਹ ਦੂਸਰੇ ਨੂੰ ਕਿੱਦਾਂ ਠੀਕ ਕਰ ਸਕਦਾ ਹੈ? ਥੋੜ੍ਹਾ ਸੋਚੋ, ਵਿਚਾਰ ਕਰੋ। ਧੰਨਵਾਦ ਜੀ, ਬਹੁਤ ਸ਼ੁਕਰੀਆ। ਮੇਰੇ ਕੋਲ ਜਦ ਤੁਸੀਂ ਮੇਰੇ ਕੋਲ ਆਉਣਾ ਤਾਂ ਤੁਹਾਨੂੰ ਟਾਈਮ ਲੱਗਣਾ ਹੈ, ਘੰਟਾ ਵੀ ਲੱਗ ਸਕਦਾ, 2 ਘੰਟੇ ਵੀ ਲੱਗ ਸਕਦੇ ਆ, ਖੁੱਲਾ ਟਾਈਮ ਲੈ ਕੇ ਆਓ, ਠੀਕ ਹੈ। ਹਾਂ, ਆਪਣਾ ਆਰਾਮ ਨਾਲ ਆਓ, ਕੋਈ ਦਿੱਕਤ ਨਹੀਂ ਹੈਗੀ। ਬਹੁਤ ਧੰਨਵਾਦ। ਵੀਰਵਾਰ ਬੰਦ ਹੁੰਦਾ, ਵੀਰਵਾਰ ਨੂੰ ਕੋਈ ਦਵਾਈ ਨਹੀਂ ਦਿੰਦੇ ਅਸੀਂ, ਵੀਰਵਾਰ ਨੂੰ ਦਵਾਈ ਕੋਈ ਲੈਣੀ ਵੀ ਨਹੀਂ ਚਾਹੀਦੀ, ਅਸਰ ਨਹੀਂ ਕਰਦੀ, ਫਿਰ ਦੇਣੀ ਵੀ ਕਾਹਤੇ ਆ। ਇਹ ਤਾਂ ਹੁਣ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਚਾਹੀਦਾ ਵੀ ਦਈਏ ਜਾਂ ਨਾ ਦਈਏ, ਬਾਕੀ ਹੁਣ ਲੈਣੇ ਵਾਲੇ ਵੀ ਸੋਚ ਲਿਓ। ਕਮਜ਼ੋਰੀ ਵੀਕਨੈਸ ਸਭ ਨੂੰ ਅੱਜ ਕੱਲ੍ਹ, ਬਿਲਕੁਲ ਸਹੀ ਗੱਲ, ਹਰ ਬੰਦੇ ਨੂੰ ਆ, 2:30-3 ਵਜੇ ਤੋਂ ਬਾਅਦ ਸਰੀਰ ਟੁੱਟਦਾ ਹੀ ਟੁੱਟਦਾ, ਗਿਰਦਾ ਹੀ ਗਿਰਦਾ ਹੈ। ਇਹ ਨਹੀਂ ਗਿਰਨ ਦਿੰਦਾ, ਇਹਨੂੰ ਮਨ ਬਮ੍ਰਿਤ ਕਹਿੰਦੇ ਆ, ਕਿਸੇ ਵੀ ਤਰ੍ਹਾਂ ਦੀ ਵੀਕਨੈਸ ਕਮਜ਼ੋਰੀ ਵਾਸਤੇ, ਸਟੈਮਿਨਾ ਵਾਸਤੇ ਜੀ ਚੱਲ ਰਿਹਾ ਨਾ। ਹਾਂ ਬਿਲਕੁਲ ਜੀ, ਇਹ ਮਨ ਬਮ੍ਰਿਤ, ਇੱਕ ਬੰਦੇ ਦੀ 3 ਮਹੀਨੇ ਦੀ ਦਵਾਈ ਹੁੰਦੀ ਹੈ ਇਹ ਜੀ, ਸਿਰਫ ਗਰਮ ਦੁੱਧ ਨਾਲ ਸ਼ਾਮ ਨੂੰ 5 ਵਜੇ ਜਾਂ ਗਰਮ ਪਾਣੀ ਨਾਲ ਸ਼ਾਮ ਨੂੰ 5 ਵਜੇ ਲੈਣੀ ਹੁੰਦੀ ਆ। 3 ਮਹੀਨੇ ਦੀ ਦਵਾਈ ਆ, ਸੁੰਨਪਣਾ, ਜਿਨ੍ਹਾਂ ਦੇ ਕਿਸੇ ਵੈਕਸੀਨ ਲੱਗਣ ਦੇ ਕਾਰਨ ਕੋਈ ਪ੍ਰੋਬਲਮ ਆਈ ਸੀ, ਹਾਂ, ਜਾਂ ਵਾਇਰਸ ਨਾਲ ਵੈਕਸੀਨ ਲੱਗਣ ਤੋਂ ਬਾਅਦ, ਸੁੰਨਪਣਾ, ਕਮਜ਼ੋਰੀ, ਸਰੀਰ ਗਿਰੇ ਗਿਰਿਆ ਰਹਿੰਦਾ। ਜਿੱਦਾਂ ਇੱਕ ਬੰਦਾ ਦਿੱਲੀ 'ਤੇ ਆਇਆ ਸਫ਼ਰ ਕਰਕੇ, ਉਹਨੂੰ ਇਹ ਆ ਕੇ ਖਿਲਾ ਦਿਓ, ਉਹਨੂੰ ਕਹੋ ਵੀ ਤੁਸੀਂ ਮਨਾਲੀ ਜਾਓ, ਤਾਂ ਬੰਦਾ ਮਨਾਲੀ ਜਾਊ। ਪ੍ਰੈਕਟੀਕਲ ਕਰ ਲਿਓ, ਫ੍ਰੀ ਖਿਲਾਉਂਦੇ ਅਸੀਂ ਬਾਹਰ ਇਹ ਲੋਕਾਂ ਨੂੰ ਜਿਹੜੇ ਆਉਂਦੇ ਜਿਹੜੇ, ਠੀਕ ਹੈ। ਕਿਸੇ ਵੀ ਤਰ੍ਹਾਂ ਦੀ ਵੀਕਨੈਸ ਖਾਤਰ, ਜਿਹੜੀ ਵੀ ਤੁਸੀਂ ਗੋਲੀਆਂ ਖਾਂਦੇ ਜਾਂ ਕੈਪਸੂਲ ਖਾਂਦੇ ਆ, ਤਰ੍ਹਾਂ ਤਰ੍ਹਾਂ ਦੀਆਂ ਬੰਦੇ ਸਿਆਲ 'ਚ ਆਪਣਾ ਘਰ ਬਚਾਉਣ ਵਾਸਤੇ ਜਾਂ ਸਿਆਲ ਗਰਮੀ ਦਾ ਕੋਈ ਸਟੈਮਿਨਾ ਵਾਸਤੇ, ਸਿਆਲ ਗਰਮੀ ਦਾ ਕੋਈ ਮਤਲਬ ਨਹੀਂ, ਘਰ 'ਚ ਇਹ ਸਾਇਲੈਂਟ ਅਟੈਕ ਨਹੀਂ ਹੋਣ ਦਿੰਦੀ, ਧੁੰਨੀ ਵਾਲੀ ਦਵਾਈ ਦੇ ਨਾਲ ਜਾਂ ਅਸੀਂ ਦਿੰਦੇ ਜਿਹਨਾਂ ਨੂੰ। ਹਰ ਇਹਨਾਂ ਦੋਨਾਂ ਨੇ ਕੁਇੰਟਲ ਕੁਇੰਟਲ 80-80, 50-50, 38-38 ਕਿਲੋ ਵੇਟ ਘਟਾ ਤਾ ਲੋਕਾਂ ਦਾ 6-6 ਮਹੀਨੇ 'ਚ। ਕਿਆ ਕਰਿਆ ਅਸੀਂ? ਕੋਈ ਜਾਦੂ ਥੋੜ੍ਹੀ ਕਰਿਆ, ਆਯੁਰਵੇਦ ਵਿੱਚ ਹੀ ਤਾਕਤ ਹੈ ਤੁਹਾਡੇ ਰੋਗ ਦੀ ਜੜ੍ਹ ਖਤਮ ਕਰਨੇ ਦੀ। ਆਯੁਰਵੇਦ 'ਤੇ ਭਰੋਸਾ ਕਰੋ, ਬਿਲੀਵ ਕਰੋ, ਠੀਕ ਹੈ, ਠੀਕ ਹੈ ਨਾ। ਇਨਸਾਨ ਦੇ ਸਰੀਰ 'ਤੇ ਰਿਸਰਚ ਹੋ ਰਹੀ ਆ, ਹਾਲੇ ਤੱਕ 20-25% ਰਿਸਰਚ ਹੋਈ ਆ,
ਸਾਰੀ ਦੁਨੀਆ ਨੇ ਮਿਲਾ ਕੇ ਕਹਿੰਦਾ ਮੈਂ ਫਿਰ ਕਿਸੇ ਇੱਕ ਡਾਕਟਰ ਕੋਲ ਕਿੰਨੀ ਕੁ ਨੌਲੇਜ ਆ ਤੁਸੀਂ ਆਪ ਸਮਝਦਾਰ ਹੋ ਸਾਰੀ ਦੁਨੀਆ ਦੇ ਡਾਕਟਰਾਂ ਨੇ ਸਾਇੰਟਿਸਟਾਂ ਨੇ ਮਿਲ ਕੇ 25% ਸਰੀਰ 'ਤੇ ਰਿਸਰਚ ਕਰੀ ਆ ਬਿਲਕੁਲ ਫਿਰ ਕਿਸੇ ਇੱਕ ਡਾਕਟਰ ਕੋਲ ਕਿੰਨੀ ਕੁ ਨੌਲੇਜ ਆ ਪੁਆਇੰਟਾਂ 'ਚ ਅਤੇ ਵੀ ਮਾਈਨਸਾਂ ਵਿੱਚ ਅਤੇ ਵੀ ਥੱਲੇ ਹੀ ਆ ਬਿਲਕੁਲ ਸਹੀ ਹੈ ਨਾ ਤੋ ਸਰੀਰ ਨੂੰ ਤੰਦਰੁਸਤ ਬਣਾਓ ਆਯੁਰਵੇਦ ਨੂੰ ਅਪਣਾਓ ਬਿਲਕੁਲ ਧੁੰਨੀ ਵਿੱਚ ਦਵਾਈ ਪਾਓ ਜੇ ਨਹੀਂ ਕਿਸੇ ਚੀਜ਼ ਦੀ ਸਮਝ ਆਈ ਤਾਂ ਸਾਡੇ ਕੋਲ ਆ ਜਾਓ ਬੈਠੇ ਆਪਾਂ ਬਸ ਵੀਰਵਾਰ ਬੰਦ ਹੁੰਦਾ ਬਾਕੀ ਜਦ ਮਰਜ਼ੀ ਆ ਜਾਓ ਕੈਂਪਿੰਗ ਕਰਾ ਲਓ 500-400 ਬੰਦਾ ਇਕੱਠਾ ਕਰ ਲਓ 100-200 ਪਿੰਡ ਇਕੱਠਾ ਕਰ ਲਓ ਆਪਣਾ ਅਲੋਸਮੈਂਟ ਕਰਾ ਕੇ ਮੈਨੂੰ ਬੁਲਾ ਲਓ ਮੈਂ ਕੋਈ ਪੈਸਾ ਨਹੀਂ ਲੈਂਦਾ ਮੈਂ ਤਾਂ ਪਾਣੀ ਵੀ ਆਪਣਾ ਆਪ ਨਾਲ ਲੈ ਕੇ ਜਾਂਦਾ ਹੈ ਹਾਂ ਮੈਂ ਕਿਸੇ 'ਤੇ ਬੋਝ ਨਹੀਂ ਬਣਦਾ ਨਾ ਮੇਰੇ ਕੋਈ ਚਾਰਜਸ ਹੈ ਨਹੀਂ ਕਿਸੇ ਨੂੰ ਬੁਲਾ ਕੇ ਦੇਖ ਲਓ ਹੈਲਥ ਵਰਕਰ ਨੂੰ ਅਗਲੇ ਨਾਲ ਹੁਣ ਇੱਥੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਵਿਕ ਰਿਹਾ ਹਰ ਚੀਜ਼ ਵਿਕ ਰਹੀ ਆ ਕਿਸੇ ਵੀ ਧਰਮ ਨੂੰ ਲੈ ਲਓ ਸਭ ਵਿਕ ਰਿਹਾ ਬਿਲਕੁਲ ਸਹੀ ਗੱਲ ਸਤਸੰਗ ਵੀ ਵਿਕਦੇ ਆ ਸਾਰਾ ਕੁਛ ਵਿਕਦਾ ਫਰੀ ਕੁਛ ਨਹੀਂ ਹੈਗਾ ਜਦ ਮੈਨੂੰ ਕੁਦਰਤ ਨੇ ਫਰੀ ਦਿੱਤਾ ਨਾ ਸਾਰਾ ਕੁਛ ਤਾਂ ਮੈਂ ਫਰੀ ਹੀ ਦਊਂਗਾ ਸ਼ੁਕਰੀਆ ਜੀ ਓਕੇ ਮਿਹਰਬਾਨੀ